ਅੱਜ ਇੱਕ ਮੈਜੋਰਿਟੀ ਮੈਜੋਰਿਟੀ ਦੇ ਹਾਵੀ ਹੋ ਰਹੀ ਹੈ। ਸੋ ਅਸੀਂ ਦੇਖਦੇ ਹਾਂ ਜਿਹਦੇ ਕੋਲ ਤਾਕਤ ਆ ਗਈ ਉਹ ਅੰਗਰੇਜ਼ ਬਣ ਜਾਂਦਾ। ਜਦ ਮੰਦਰ ਤੋੜਿਆ ਗਿਆ ਉਸ ਤੋਂ ਬਾਅਦ ਤਾਂ ਤੁਸੀਂ ਪੰਜਾਬ ਵਿੱਚ ਜਿੱਥੇ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ, ਤੁਸੀਂ ਉਸ ਨੂੰ ਮਤਲਬ ਰੋਕ ਕੇ ਰੱਖਤਾ। ਸਭ ਨੂੰ ਪਤਾ ਸੀ ਫੈਸਲਾ ਆ ਚੁੱਕਾ ਹੈ, ਇਸ ਦਿਨ ਮੰਦਰ ਢਾਇਆ ਜਾਣਾ ਹੈਗਾ। ਉੱਥੇ DDA ਵੀ ਸੀਗਾ, ਮੰਦਿਰ ਦੀ ਮੈਨੇਜਮੈਂਟ ਵੀ ਸੀਗੀ। ਜੋ ਤੁਸੀਂ ਇਹ ਰੋਕਣਾ ਸੀਗਾ, ਇੱਕ ਦਿਨ ਪਹਿਲੇ ਕਿਉਂ ਨਹੀਂ ਇਹ ਫੈਸਲਾ ਪ੍ਰੋਟੈਸਟ ਕੀਤਾ ਗਿਆ? ਬਾਅਦ ਵਿੱਚ ਕਰਨ ਦਾ ਕੀ ਫਾਇਦਾ ਹੈਗਾ? ਜੇ ਆਉਣਾ ਤਾਂ ਅਸੀਂ ਪੰਜਾਬ 'ਤੇ ਆਈਏ। ਪੰਜਾਬ ਵਿੱਚ ਤੁਸੀਂ ਕਹਿੰਦੇ ਹੋ ਫੈਸਲੇ ਵਾਲੇ ਠੀਕ ਸੀਗੇ, ਜਦ ਬਰਗਾੜੀ ਮੋਰਚਾ ਚੱਲ ਰਿਹਾ ਸੀ, ਜਦ ਨੌਜਵਾਨ ਬੜੇ ਸੁੱਖ ਸ਼ਾਂਤੀ ਤਰੀਕੇ ਨਾਲ ਸਿਰਫ ਬੇਅਦਬੀ ਬਾਰੇ ਆਪਣਾ ਰੋਸ ਪ੍ਰਗਟ ਕਰ ਰਹੇ ਸੀ, ਪੰਜਾਬ ਪੁਲਿਸ, ਤੁਸੀਂ ਉਸ ਵਕਤ ਸੱਤਾ ਵਿੱਚ ਸੀਗੇ, ਗੋਲੀਆਂ ਚਲਾਈਆਂ ਗਈਆਂ, ਤੁਹਾਡਾ ਭਾਈਵਾਲ ਸੱਤਾ ਵਿੱਚ ਸੀ, ਤੁਸੀਂ ਸਾਡੀ ਚਲੋ ਰੋਲ ਘੱਟ ਸੀ ਉਹ ਵੀ ਮੰਨਦੇ ਹਾਂ, ਪਰ ਉਹ ਵੀ ਫਿਰ ਉਹ ਹਾਕਮ ਅੰਗਰੇਜ਼ਾਂ ਵਾਂਗ ਹੀ ਹੋ ਗਿਆ। ਉਹ ਜਲਿਆਂਵਾਲਾ ਬਾਗ ਬਾਗ ਵਾਲਾ ਹਾਦਸਾ ਪੰਜਾਬ ਵਿੱਚ ਹੁਣੇ 3 ਸਾਲ ਪਹਿਲੇ ਵਾਪਰਿਆ। ਸਤਿ ਸ਼੍ਰੀ ਅਕਾਲ ਜੀ, ਸਾਡੇ ਸਾਰੇ ਦਰਸ਼ਕਾਂ ਨੂੰ ਭਾਰਤ ਦੀ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਬੜੇ ਚਾਹਾਂ ਨਾਲ ਮੰਨਦੇ ਹਾਂ, ਪਰ ਕਦੀ ਆਪਣੇ ਬਜ਼ੁਰਗਾਂ ਨਾਲ ਗੱਲ ਕਰੀਏ ਤਾਂ ਆਜ਼ਾਦੀ ਦੀ ਇੱਕ ਹੋਰ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ। ਮੇਰੀ ਮਾਂ ਮੇਰੇ ਖਿਆਲ ਸ਼ਾਇਦ 3.5 ਜਾਂ 4 ਸਾਲ ਦੀ ਸੀ, ਪਰ ਉਹਨਾਂ ਨੂੰ ਅਜੇ ਵੀ ਯਾਦ ਹੈ ਉਹ ਦਿਨ ਜਦੋਂ ਭਾਰਤ ਆ ਰਹੇ ਸਨ ਅਤੇ ਉਹ ਕਿੰਨੀਆਂ ਔਕੜਾਂ ਨਾਲ ਲਾਸ਼ਾਂ ਤੋਂ ਲੰਘ ਕੇ, ਮੇਰੇ ਫਾਦਰ 7 ਸਾਲ ਦੇ ਸਨ ਉਹ, ਪਰ ਉਹ ਵੀ ਲਾਸ਼ਾਂ ਉਹ ਤੋਂ ਲੰਘ ਕੇ ਆਏ ਸੀ। ਔਰ ਉਸ ਵਕਤ ਲੱਖਾਂ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਸਹੀਆਂ ਸੀ, ਪਰ ਉਹਨਾਂ ਨੇ ਇੰਨੇ ਸਾਲ ਉਫ ਨਹੀਂ ਕੀਤਾ ਕਿਉਂਕਿ ਉਹ ਇੱਕ ਨਵੇਂ ਆਜ਼ਾਦ ਭਾਰਤ ਦੇ ਨਿਰਮਾਣ ਦਾ ਹਿੱਸਾ ਸਨ। ਸੋ ਉਹ ਕੁਰਬਾਨੀ ਉਹਨਾਂ ਨੇ ਬੜੀ ਖੁਸ਼ੀਆਂ ਨਾਲ ਭਰੀ। ਕਿੰਨੇ ਨੇ ਆਪਣੇ ਜ਼ਖਮਾਂ ਦਾ ਇਹ ਹਾਏ ਸਾਡੇ ਨਾਲ ਕੀ ਹੋ ਗਿਆ ਉਹ ਜਿਹੀ ਗੱਲ ਬੜੀ ਘੱਟ ਅਸੀਂ ਸੁਣੀ ਹੈ, ਪਰ ਜਿਸ ਕੁਰਬਾਨੀ 'ਤੇ ਅਸੀਂ ਆਜ਼ਾਦੀ ਹਾਸਿਲ ਕੀਤੀ ਹੈ, ਅੱਜ ਸਾਨੂੰ ਇਹ ਪੁੱਛਣਾ ਪਏਗਾ ਕਿ ਅਸੀਂ ਸੰਪੂਰਨ ਤੌਰ 'ਤੇ ਆਜ਼ਾਦ ਹਾਂ? ਕੀ ਜੋ ਸਾਡੇ ਅੱਜ ਆਗੂ ਨੇ ਖਾਸ ਕਰ, ਕੀ ਉਹ ਸਾਨੂੰ ਆਜ਼ਾਦੀ ਦੇ ਰਹੇ ਹਨ? ਕੀ ਅਸੀਂ ਇੱਕ ਦੂਜੇ ਨੂੰ ਆਜ਼ਾਦ ਮੰਨਦੇ ਹਾਂ? ਕੀ ਸਾਡੇ ਜੋ ਹਾਕਮ ਨੇ ਉਹ ਅੰਗਰੇਜ਼ਾਂ ਵਾਂਗ ਸਾਡੇ ਨਾਲ ਵਿਵਹਾਰ ਨਹੀਂ ਕਰਦੇ ਹਨ? ਇਸ ਮੁੱਦੇ 'ਤੇ ਮੇਰੇ ਨਾਲ ਗੱਲ ਕਰਨ ਲਈ ਮੇਰੇ ਨਾਲ ਨੀਲ ਪਲਿੰਦਰ ਹਨ। ਨੀਲ ਪਲਿੰਦਰ ਨੂੰ ਤੁਸੀਂ ਜਾਣਦੇ ਹੋ, ਸਪੋਕਸਮੈਨ ਟੀਮ ਦਾ ਹਿੱਸਾ ਨੇ, ਪਰ ਅੱਜ ਮੈਂ ਉਸ ਨੌਜਵਾਨ ਨਾਲ ਗੱਲ ਕਰ ਰਹੀ ਹਾਂ ਜਿਨ੍ਹਾਂ ਨੇ 84 ਵਿੱਚ ਆਪਣੇ ਸਾਹਮਣੇ ਆਪਣੇ ਪਰਿਵਾਰ ਦੇ ਬੜੇ ਲੋਕਾਂ ਨੂੰ ਬੜੇ ਹੀ ਦਰਦ ਨਾਲ ਤਰੀਕੇ ਨਾਲ ਸਰਕਾਰ ਦੇ ਹੱਥ ਮਰਦੇ ਵੇਖਿਆ। ਸਾਡੇ ਨਾਲ ਸੁਖਪਿੰਦਰਪਾਲ ਗਰੇਵਾਲ ਜੀ ਨੇ, ਜੋ ਕਿ ਆਲ ਇੰਡੀਆ ਸੈਕਟਰੀ ਹਨ, ਭਾਜਪਾ ਕਿਸਾਨ ਮੋਰਚਾ ਦੇ ਜੰਮੂ ਕਸ਼ਮੀਰ ਦੇ ਪ੍ਰਧਾਨ ਨੇ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਕੈਂਚ ਜੀ ਨੈਸ਼ਨਲ ਸ਼ਡਿਊਲ ਅਲਾਇੰਸ ਦੇ ਪ੍ਰਧਾਨ ਨੇ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮੈਂ ਸ਼ੁਰੂ ਤੁਹਾਡੇ ਤੋਂ ਕਰਦੀ ਹਾਂ ਕਿਉਂਕਿ ਕੱਲ੍ਹ ਤੁਸੀਂ ਪੰਜਾਬ ਨੂੰ ਆਲਮੋਸਟ ਬੰਦ ਕਰਕੇ ਰੱਖਤਾ ਸੀਗਾ, ਕਿਉਂਕਿ ਇੱਕ ਮੰਦਰ ਢਾਇਆ ਗਿਆ ਉਹ ਅੱਜ। ਅਸੀਂ ਇਹੋ ਜਿਹੀਆਂ ਗੱਲਾਂ ਜਦੋਂ ਆਪਣੀ ਕਿਤਾਬਾਂ ਪੜ੍ਹਦੇ ਹਾਂ ਵੇਖਦੇ ਹਾਂ ਕਿ ਅੰਗਰੇਜ਼ਾਂ ਨੇ ਸਾਡੀਆਂ ਬੜਾ ਸਾਡੇ ਨਾਲ ਬੜਾ ਨੁਕਸਾਨ ਕੀਤਾ, ਸਾਡੇ ਧਰਮ ਦੀ ਕਦਰ ਨਹੀਂ ਕੀਤੀ। ਅੱਜ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਜਦ ਤੁਹਾਡੇ ਨਾਲ ਇਹ ਹੁੰਦਾ ਹੈ, ਤੁਹਾਡੇ ਧਰਮ ਦੀ ਕਦਰ ਨਹੀਂ ਕੀਤੀ ਜਾਂਦੀ, ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ? ਦੇਖੋ, ਜੋ ਦਿੱਲੀ ਦੇ ਵਿੱਚ ਗੁਲਕਾਬਾਦ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਥਾਨ ਸੀਗਾ, ਉਸਨੂੰ ਟੈਟੇਰੀ ਕਰ ਦਿੱਤਾ ਗਿਆ। ਜਦੋਂ ਇਹ ਅਜਿਹੇ ਇੰਸੀਡੈਂਟ ਹੁੰਦੇ ਨੇ, ਘਟਨਾਵਾਂ ਵਾਪਰਦੀਆਂ ਨੇ, ਜਿਹੜੇ ਹਿਰਦੇ ਨੇ ਉਹ ਵਲੁੰਦਰੇ ਜਾਂਦੇ ਨੇ, ਕਿਉਂਕਿ ਜਦੋਂ ਅਸੀਂ ਇੱਕ ਆਜ਼ਾਦ ਦੇਸ਼ ਵਿੱਚ ਵੱਸ ਰਹੇ ਹਾਂ, ਜਦੋਂ ਇਸ ਤਰ੍ਹਾਂ ਦੇ ਕਦੇ ਇੰਸੀਡੈਂਟ ਵਾਪਰਦੇ ਨੇ, ਉਹਨਾਂ ਦੇ ਨਾਲ ਜਿਹੜੀ ਸਮੁਦਾਇ ਹੈ ਪੂਰਾ, ਉਹਨਾਂ ਨੂੰ ਪੀੜਾ ਹੁੰਦੀ ਹੈ, ਦੁੱਖ ਹੁੰਦਾ ਹੈ, ਕਿਉਂਕਿ ਸਰਕਾਰਾਂ ਨੇ, ਚਾਹੇ ਜੁਡੀਸ਼ਰੀ ਹੈ, ਚਾਹੇ ਐਡਮਿਨਿਸਟ੍ਰੇਟਿਵ ਲੈਵਲ 'ਤੇ ਐਗਜ਼ੈਕਟਿਵ ਹੈ, ਕਿਉਂਕਿ ਅਜੇ ਫੈਸਲੇ ਲੈਣ ਲੱਗੇ ਉਹਨਾਂ ਨੂੰ ਸੋਚ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਦਿੱਲੀ ਇੱਕ ਐਸੀ ਜਗ੍ਹਾ ਹੈ ਜਿੱਥੇ ਕਿਸੇ ਦੇ ਨਾਮ ਆਪਣੇ ਨਾਮ ਰਜਿਸਟਰੀ ਨਹੀਂ ਹੁੰਦੀ। ਔਰ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਥਾਨ ਸੀਗਾ, ਉਹ 15ਵੀਂ ਸਦੀ ਦੇ ਵਿੱਚ ਸਿਕੰਦਰ ਲੋਧੀ ਸੀਗੇ, ਸਮਰਾਟ ਸੀ, ਉਹਨਾਂ ਨੇ ਉਹਨਾਂ ਦੇ ਪ੍ਰਵਚਨਾਂ ਤੋਂ, ਉਹਨਾਂ ਦੇ ਉਚਾਰਨ ਤੋਂ, ਉਹਨਾਂ ਦੇ ਸ਼ਬਦਾਂ ਤੋਂ, ਉਹਨਾਂ ਦੇ ਵਿਵਹਾਰ ਨੂੰ ਦੇਖ ਕੇ ਉਹ ਜਗ੍ਹਾ ਜਿਹੜੀ ਹੈ ਉਹਨਾਂ ਨੂੰ ਧਰਮ ਪ੍ਰਚਾਰ ਦੇ ਲਈ ਦਿੱਤੀ, ਇਨਸਾਨੀਅਤ ਨੂੰ ਇਨਸਾਨੀਅਤ ਦਾ ਪੈਗੰਬਰ ਦੇ ਤੌਰ 'ਤੇ ਉਹਨਾਂ ਨੂੰ ਮੰਨ ਕੇ ਦਿੱਤੀ, ਔਰ ਊਚ ਨੀਚ ਦੀ ਜਿਹੜੀ ਜਾਤੀ ਪਾਤੀ ਬ੍ਰਾਹਮਣੀਕਲੀ ਸਿਸਟਮ ਹੈ ਉਸਨੂੰ ਉਹਨਾਂ ਦੇ ਖਿਲਾਫ਼ ਉਹ ਖੜ੍ਹੇ ਹੋਏ, ਤਾਂ ਉਹਨਾਂ ਨੇ ਉਹਨਾਂ ਨੂੰ ਉਹ ਜਗ੍ਹਾ ਜਿਹੜੀ ਹੈ ਪ੍ਰਚਾਰ ਲਈ ਦਿੱਤੀ ਸੀ।
ਲੇਕਿਨ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਗੱਲਾਂ ਨੂੰ ਅਣਗੌਲਿਆਂ ਕਰ ਦਿੱਤਾ, ਕਿਉਂਕਿ ਜਿਹੜੇ ਗੁਰੂ ਪੀਰ ਪੈਗੰਬਰ ਰਹਿਬਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ, ਉਹ ਕਿਸੇ ਇਕੱਲੇ ਕਮਿਊਨਿਟੀ ਦੇ ਨਹੀਂ। ਗੁਰੂ ਰਵਿਦਾਸ ਮਹਾਰਾਜ ਜੀ ਨੇ ਇਤਿਹਾਸ, ਸਾਡੀ ਜੋ ਆਜ਼ਾਦ ਇਤਿਹਾਸ ਹੈ ਉਸਦਾ ਇੱਕ ਹਿੱਸਾ ਬਣ ਚੁੱਕਿਆ, ਜਿਹੜਾ ਹਾਕਮ ਆਉਂਦਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਧਰਮ, ਦੂਜੇ ਧਰਮ ਦੀ ਕਦਰ ਨਹੀਂ ਕਰਦਾ। ਨੀਲ, ਤੁਸੀਂ ਆਪਣੇ ਬਾਰੇ ਜਿਵੇਂ ਕੱਲ੍ਹ ਜਿਸ ਤਰ੍ਹਾਂ ਹੋਇਆ, ਤੁਸੀਂ ਇਸ ਨੂੰ ਆਪ 84 ਵਿੱਚ ਵੇਖਿਆ ਹੈ, ਉਹਦੇ ਬਾਰੇ ਕੁਛ ਮਤਲਬ ਕੀ ਅਹਿਸਾਸ ਹੋਇਆ ਇਸ ਹਿੰਸਾ ਨੂੰ ਹੁੰਦੇ ਹੋਏ ਵੇਖ ਕੇ? ਆਜ਼ਾਦੀ ਤੋਂ ਬਾਅਦ ਜੋ ਵੱਡਾ ਇੱਕ ਅੰਗਰੇਜ਼ ਚਲੇ ਗਏ, ਪਰ ਇੱਕ ਵੱਡੀ ਜੋ ਲੜਾਈ ਹਿੰਦੁਸਤਾਨ ਦੇ ਵਿੱਚ ਦੁਬਾਰਾ ਸ਼ੁਰੂ ਹੋਈ, ਉਹ ਦੋ ਤਿੰਨ ਲੜਾਈ, ਇੱਕ ਸੀ ਜੋ ਮੈਜੋਰਟੀ ਹੈ ਅਤੇ ਇੱਕ ਨੇ ਮਾਇਨੋਰਟੀ ਸੀ। ਉਸ ਤੋਂ ਬਾਅਦ ਮੈਜੋਰਟੀ ਕਿਤੇ ਨਾ ਕਿਤੇ ਜਿਹੜਾ ਹੈਗਾ ਕੋਲੋਨਾਈਜੇਸ਼ਨ ਵੇਲੇ ਦਾ ਜਿਹੜਾ ਹੈਗਾ ਰੋਲ ਨਿਭਾਉਂਦੀ ਰਹੀ ਹੈ, ਅਤੇ ਮਾਇਨੋਰਟੀ ਉਸ ਵਕਤ ਦੇ ਬਸਤੀਵਾਦ ਸਮੇਂ ਦੇ ਜਿਹੜਾ ਹਿੰਦੁਸਤਾਨ ਸੀਗਾ, ਭਾਰਤ ਸੀਗਾ, ਉਦੋਂ ਉੱਥੋਂ ਦੇ ਲੋਕਾਂ ਦੀ ਤਰ੍ਹਾਂ ਉਹ ਭੁਗਤਦੇ ਰਹੇ ਨੇ। ਜਿਸਦੀ ਜਿਹੜੀ ਨਵੀਂ ਮਿਸਾਲ ਜਿਹੜੀ ਹੈਗੀ ਹੈ ਸੈਕਸ਼ਨ 370 ਹੈ। ਅਸੀਂ ਉੱਥੇ ਨਹੀਂ ਆਉਂਦੇ, ਬਾਅਦ 'ਚ ਆਉਂਦੇ ਹਾਂ। ਮੈਂ ਵੀ ਮੈਂ ਕਹਿੰਦੀ ਹਾਂ ਇਹ ਇੱਥੇ ਮਾਇਨੋਰਿਟੀ ਮੈਜੋਰਿਟੀ ਵੀ ਨਹੀਂ, ਬਿਕੋਜ਼ ਜੇ ਅਸੀਂ ਸ਼ਡਿਊਲ ਕਾਸਟ ਪੱਖ ਤੋਂ ਵੇਖੀਏ ਇਹ ਮਾਇਨੋਰਿਟੀ ਨਹੀਂ ਹੈ, ਇਹ ਭਾਰਤ ਦੀ ਮਾਇਨੋਰਿਟੀ ਨਹੀਂ ਹੈ। ਸੋ ਅੱਜ ਇੱਕ ਮੈਜੋਰਿਟੀ ਦੇ ਹਾਵੀ ਹੋ ਰਹੀ ਹੈ। ਸੋ ਅਸੀਂ ਦੇਖਦੇ ਹਾਂ ਜਿਹਦੇ ਕੋਲ ਤਾਕਤ ਆ ਗਈ ਉਹ ਅੰਗਰੇਜ਼ ਬਣ ਜਾਂਦਾ। ਸੋ 84 ਵਿੱਚ ਜੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕੋ ਕਿ 84 ਵਿੱਚ ਜੋ ਹੋਇਆ ਤੁਹਾਡੇ ਆਪਣੇ 'ਤੇ ਵਾਪਰਿਆ। 84 ਤੋਂ ਪਹਿਲਾਂ ਜਦੋਂ ਭਾਰਤ ਪੰਜਾਬ ਦੇ ਵਿੱਚ ਜਿਹੜਾ ਹੈਗਾ ਫੌਜ ਜਦੋਂ ਐਂਟਰ ਕਰਦੀ ਹੈ ਤਾਂ ਜਿਸ ਇਲਾਕੇ ਤੋਂ ਮੈਂ ਬਿਲੋਂਗ ਕਰਦਾ, ਡੇਰਾ ਬੱਸੀ ਦਾ ਇਲਾਕਾ, ਉਸ ਵਕਤ ਜ਼ਿਲ੍ਹਾ ਪਟਿਆਲਾ ਹੁੰਦਾ ਸੀ, ਤਾਂ ਉੱਥੋਂ ਜਿਹੜਾ ਹੈਗਾ ਅੰਬਾਲਾ ਦੀ ਸਰਹੱਦ ਜਿਹੜੀ ਹੈਗੀ ਹੈ 20-25 ਕਿਲੋਮੀਟਰ ਹੈ, ਤਾਂ ਜਿਹੜੇ ਟੈਂਕ ਨੇ ਭਾਰਤੀ ਫੌਜ ਦੇ ਜਿਹੜੇ ਨੇ ਉਹ ਉਸ ਇਲਾਕੇ ਤੋਂ ਆਉਣੇ ਸੀ, ਤਾਂ ਉੱਥੇ ਜਿਹੜੀ ਸਭ ਤੋਂ ਪਹਿਲੀ ਸੜਕ ਹੈ ਉਸ ਤੋਂ ਅੱਗੇ ਘੱਗਰ ਬ੍ਰਿਜ ਹੈ, ਉਸ ਬ੍ਰਿਜ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਰਣਨੀਤਿਕ ਪੈਂਚੜਾ ਅਪਣਾਉਂਦੇ ਹੋਏ ਉਸ ਇਲਾਕੇ ਦੇ ਸਿੱਖਾਂ ਨੇ, ਜੋ ਕਿ ਉਸ ਵਕਤ ਜਿਹੜੀ ਹੈਗੀ ਆ ਸਿੱਖ ਕੌਮ ਨੂੰ ਜਿਹੜੀ ਹੈਗੀ ਆ ਅੱਗੋਂ ਲੀਡ ਕਰ ਰਹੇ ਸੀ, ਉਹਨਾਂ ਨੇ ਕਿਹਾ ਸੀ ਕਿ ਉੱਥੇ ਧਰਮਯੁੱਧ ਮੋਰਚਾ ਲਾਇਆ ਜਾਏ। ਉੱਥੇ ਧਰਮਯੁੱਧ ਮੋਰਚਾ ਲੱਗਿਆ ਤਾਂ ਉਸ ਵਕਤ ਲੋਕਾਂ ਦੇ ਵਿੱਚ ਭਾਵਨਾ ਇਹ ਸੀ ਕਿ ਜਿਸ ਤਰ੍ਹਾਂ ਕਿ ਮਾਹੌਲ ਬਣਿਆ ਹੋਇਆ ਸੀ ਕਿ ਪਹਿਲਾਂ ਮੈਂ ਬਸਤੀਵਾਦ ਤੋਂ ਸ਼ੁਰੂ ਪਹਿਲਾਂ ਇਸ ਕਰਕੇ ਕੀਤਾ ਸੀ ਕਿ ਘੱਟ ਗਿਣਤੀਆਂ ਨੂੰ ਮਹਿਸੂਸ ਹੁੰਦਾ ਸੀ ਕਿ ਸਾਡੇ ਖਿਲਾਫ਼ ਕੋਈ ਤਾਕਤ ਆ ਰਹੀ ਹੈ, ਤਾਕਤ ਆ ਰਹੀ ਹੈ, ਤਾਂ ਇੱਥੇ ਮੂਵਮੈਂਟ ਐਸੀ ਬਣੀ ਕਿ ਉਸ ਤਾਕਤ ਨੂੰ ਰੋਕਣਾ ਹੈ। ਰੋਕਣ ਦਾ ਉਹੀ ਪੁਰਾਣਾ ਤਰੀਕਾ ਅਪਣਾਇਆ ਜਾ ਰਿਹਾ ਸੀ ਕਿ ਮਰ ਜਾਂਗੇ ਜਾਂ ਮਾਰ ਦਾਂਗੇ, ਅਤੇ ਉਸ ਤਰੀਕੇ ਹੀ ਰੋਕਿਆ ਜਾਂਦਾ, ਹੋਰ ਕੋਈ ਤਰੀਕਾ ਰੋਕਣ ਦਾ ਬਚਦਾ ਨਹੀਂ ਹੈ। ਉਸ ਕਰਕੇ ਧਰਮਯੁੱਧ ਮੋਰਚੇ 'ਚ ਪਹਿਲਾਂ ਜਿਹੜਾ ਰਸਤਾ ਰੋਕੋ ਅੰਦੋਲਨ ਲੱਗਿਆ ਤਾਂ ਉਹ ਸਾਡੇ ਪਿੰਡ ਦੇ ਨੇੜੇ ਲੱਗਿਆ, ਅਤੇ ਘੱਗਰ ਦੇ ਪੁੱਲ ਤੋਂ ਪਹਿਲਾਂ, ਅਤੇ ਉਸ ਦੇ ਵਿੱਚ ਸਾਡੇ ਪਰਿਵਾਰ ਦੇ ਵੱਡੇ ਜਿਹੜੇ ਉਸ ਵਕਤ ਨੌਜਵਾਨ ਸੀਗੇ, ਅੱਜ ਆਪਾਂ ਬਜ਼ੁਰਗ ਕਹਾਂਗੇ, ਅਤੇ ਉਹਨਾਂ ਨੇ ਜਿਹੜਾ ਉੱਥੇ ਖੜਿਆ ਤਾਂ ਉੱਥੇ ਜਾ ਕੇ ਉਹਨਾਂ ਨੇ ਫੌਜ ਨੇ ਜਦੋਂ ਕਿਉਂਕਿ ਫੌਜ ਤੋਂ ਉੱਤੋਂ ਆਰਡਰ ਲੈ ਕੇ ਆਈ ਸੀ ਤਾਂ ਉਹਨਾਂ ਨੇ ਸਿੱਧਾ ਕਿਹਾ ਸੀ ਕਿ ਤੁਹਾਨੂੰ ਮਾਰ ਦਿੱਤਾ ਜਾਏਗਾ ਜਾਂ ਤੁਸੀਂ ਹਟ ਜਾਓ, ਤਾਂ ਉੱਥੋਂ ਫੈਸਲਾ ਕੀਤਾ ਗਿਆ ਕਿ ਨਹੀਂ ਹਟਾਂਗੇ, ਤਾਂ ਗੋਲੀ ਚੱਲੀ ਤਾਂ ਉੱਥੋਂ 3 ਵਿਅਕਤੀ ਥਾਣੇ ਮਰੇ ਸੀ, ਤਾਂ ਉਸ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਦੇ ਉੱਤੋਂ ਟੈਂਕ ਜਿਹੜੇ ਦਰਬਾਰ ਸਾਹਿਬ ਨੂੰ ਢਾਣ ਵਾਸਤੇ ਉੱਥੋਂ ਚੱਲ ਕੇ ਗਏ ਸੀ। ਇੰਨੀ ਜਿਹੜੀ ਹੈਗੀ ਹੈ ਉੱਥੋਂ ਦੀ ਇੱਕ ਹਿਸਟਰੀ ਹੈ ਜਿਹੜੀ ਹੈ, ਜਿਸ ਤੋਂ ਬਾਅਦ ਪੰਜਾਬ 'ਚ ਸਾਰਾ ਕੁਝ ਵਾਪਰਦਾ, ਸ਼ੁਰੂਆਤ ਹਿੰਸਾ ਵੀ ਉੱਥੋਂ ਹੋਈ। ਇਹ ਤਾਂ ਉਹੀ ਜਿਵੇਂ ਤੁਸੀਂ ਦ੍ਰਿਸ਼ ਕਰ ਰਹੇ ਹੋ, ਜੇ ਅਸੀਂ ਵੰਡ ਦੀ ਗੱਲ ਕਰੀਏ ਤਾਂ ਉਹੀ ਦ੍ਰਿਸ਼ ਦੁਆਰਾ ਆ ਗਿਆ। ਸੁਖਪਿੰਦਰਪਾਲ ਜੀ, ਅਸੀਂ ਭਾਜਪਾ ਨੇ ਹਮੇਸ਼ਾ ਕਿਹਾ ਇੰਦਰਾ ਗਾਂਧੀ ਐਮਰਜੈਂਸੀ ਲਈ, ਇੰਦਰਾ ਗਾਂਧੀ ਦੇ ਫੈਸਲੇ ਗਲਤ ਸੀ, ਪਰ ਅੱਜ ਜਿਸ ਤਰ੍ਹਾਂ ਭਾਜਪਾ ਆਪ ਜਿਵੇਂ ਅਸੀਂ ਇਸ ਮੁੱਦੇ 'ਤੇ ਵੇਖੀਏ ਜਾਂ ਜੇ ਅਸੀਂ ਕਸ਼ਮੀਰ ਦੇ ਮੁੱਦੇ 'ਤੇ ਦੇਖੀਏ, ਇੰਦਰਾ ਗਾਂਧੀ ਨੂੰ ਆਪਣਾ ਇੱਕ ਟੀਚਾ ਬਣਾ ਕੇ ਨਹੀਂ ਚੱਲ ਰਹੇ? ਦੇਖੋ, ਪਹਿਲਾਂ ਤਾਂ ਮੈਂ ਤੁਸੀਂ ਸ਼ੁਰੂਆਤ ਕੀਤੀ ਸੀ, ਤੁਹਾਡੇ ਵੱਲੋਂ ਦੱਸਿਆ ਗਿਆ ਸੀ ਵੀ ਜਿਹੜੀ ਆਜ਼ਾਦੀ ਹੈਗੀ ਆ ਉਹ ਕਿੰਨੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈਗੀ ਆ, ਔਰ ਸਾਡਾ ਪਰਿਵਾਰ ਵੀ ਉਹਦਾ ਭੁਗਤ ਭੋਗੀ ਰਿਹਾ, ਕਿਉਂਕਿ 61 ਚੱਕ ਤਰੌੜ ਸਾਡਾ ਉੱਥੇ ਲੈਲਪੁਰ ਦੇ ਵਿੱਚ ਪਿੰਡ ਸੀ। ਮੇਰੇ ਸਤਿਕਾਰਯੋਗ ਦਾਦਾ ਜੀ, ਮੇਰੇ ਫਾਦਰ ਸਾਹਿਬ ਮਾਸਟਰ ਸਰਦਾਰ ਕੇਸਰ ਸਿੰਘ ਗਰੇਵਾਲ ਜੀ, ਇਹ ਸਾਰੇ ਉਸੇ ਦੌਰਾਨ ਖੇਮਕਰਨ ਰਾਹੀਂ ਗੱਡੀਆਂ ਦੇ ਵਿੱਚ ਸਮਾਨ ਪਾ ਕੇ ਆਏ ਆ, ਔਰ ਖੇਮਕਰਨ ਆ ਕੇ ਮੇਰੀ ਸਤਿਕਾਰਯੋਗ ਦਾਦੀ ਜੀ ਪੂਰੇ ਹੋਏ ਹੈਗੇ ਆ, ਔਰ ਅਸੀਂ ਆਪਣੀ ਦਾਦੀ ਦਾ ਦੀ ਗੋਦ ਦਾ ਨਿੱਗ ਨਹੀਂ ਮਾਣਿਆ ਹੈਗਾ। ਇਸ ਕਰਕੇ ਪਰਿਵਾਰਾਂ ਦੇ ਪਰਿਵਾਰ ਖਤਮ ਹੋਏ, ਨੌਜਵਾਨ ਖਤਮ ਹੋਏ, ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਬਹੁਤ ਬੇਇੱਜ਼ਤ ਵੀ ਹੋਣਾ ਪਿਆ, ਚਲੋ ਸਾਰੀਆਂ ਕੁਰਬਾਨੀਆਂ ਕਰਕੇ ਆਜ਼ਾਦੀ ਆ ਗਈ, ਆਜ਼ਾਦੀ ਲੈ ਗਈ। ਲੇਕਿਨ ਠੀਕ ਹੈ ਜਿਹੜਾ ਨੀਲ ਭੁਪਿੰਦਰ ਜੀ ਨੇ ਕਿਹਾ ਉਹ ਇੱਕ ਸੱਚਾਈ ਆ, ਔਰ ਚਿੱਟੇ ਦਿਨ ਦੇ ਵਿੱਚ ਇਹ ਸਾਰਿਆਂ ਦੇ ਸਾਹਮਣੇ ਪਤਾ ਹੈਗਾ ਵੀ ਕਿਸ ਤਰ੍ਹਾਂ ਭਾਰਤੀ ਹਕੂਮਤ ਨੇ ਟੈਂਕਾਂ ਅਤੇ ਤੋਪਾਂ ਦੇ ਨਾਲ ਜਬਰ ਕੀਤਾ, ਈਵਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ, ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਚੱਲੀਆਂ, ਔਰ ਜਿਹੜੀ ਉੱਥੇ ਦੀ ਪਰਿਕਰਮਾ ਸੀ ਉਹਦੇ ਵਿੱਚ ਕਿੰਨਾ ਅਨਰਥ ਹੋਇਆ। ਲੇਕਿਨ ਇਹ ਚੀਜ਼ਾਂ ਦੇ ਨਾਲ
ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਔਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗੱਲ ਕਰਦੇ ਹੈਗੇ ਹੋ ਵੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹ ਜਿਹੜੇ ਸੀਗੇ ਉਹਨਾਂ ਐਮਰਜੈਂਸੀ ਲਏ ਸੀ, ਐਮਰਜੈਂਸੀ ਐਮਰਜੈਂਸੀ ਹੈ ਲੇਕਿਨ ਹਕੂਮਤ ਜਿਹੜੀ ਕਰਨੀ ਹੈਗੀ ਆ ਉਹ ਅਲੱਗ ਚੀਜ਼ ਹੈਗੀ ਆ। ਇੱਥੇ ਐਮਰਜੈਂਸੀ ਵਾਲੀ ਕੋਈ ਗੱਲ ਨਹੀਂ, ਇੱਕ ਇੱਕ ਦੇਸ਼ ਦੇ ਵਿੱਚ ਇੱਕ ਸਾਡਾ ਪਾਰਟ ਹੈ, ਉਹਦੇ ਵਿੱਚ ਸੰਵਿਧਾਨ ਵੀ ਉਹਦਾ ਆਪਦਾ, ਉਹਦਾ ਝੰਡਾ ਵੀ ਆਪਦਾ ਔਰ ਅਧੀਨ ਹੈਗੇ ਅਸੀਂ ਭਾਰਤ ਦੇ ਔਰ ਇੱਥੋਂ 3 ਸਟੇਟਾਂ ਤੋਂ ਵੱਧ ਪੈਸਾ ਉਸ ਦੇ ਵਿੱਚ ਜਾਂਦਾ ਹੈਗਾ ਔਰ ਉਹਦੇ ਅਸੀਂ ਆਡਿਟ ਨਹੀਂ ਕਰ ਸਕਦੇ, ਉਹ ਦੱਸਦੇ ਨਹੀਂ ਵੀ ਅਸੀਂ ਕਿੱਥੇ ਖਰਚਿਆ ਕਿੱਥੇ ਨਹੀਂ, ਕੀ ਉਹ ਗਰੀਬਾਂ ਤੱਕ ਦੂਰ ਦੁਰਾਡੇ ਪਹਾੜੀ ਇਲਾਕਿਆਂ ਦੇ ਵਿੱਚ ਜ਼ਰੂਰਤਮੰਦਾਂ ਤੱਕ ਪਹੁੰਚੇ, ਉਹ ਇੱਕ ਵੱਡੀ ਪ੍ਰੋਬਲਮ ਸੀਗੀ ਔਰ ਉਹੀ ਲੋਕ ਜਿਹੜੇ ਸੀਗੇ ਉਹਨਾਂ ਨੇ ਗੈਂਗ ਬਣਾ ਰੱਖੇ ਸੀਗੇ ਉੱਥੇ ਪਾਰਟੀਆਂ ਸੀਗੀਆਂ ਔਰ ਜਦੋਂ ਕਿਤੇ ਮਾੜੀ ਮੋਟੀ ਸ਼ਾਂਤੀ ਦਾ ਮਾਮਲਾ ਹੁੰਦਾ ਸੀ ਤਾਂ ਆਪਦੇ ਲੋਕਾਂ ਤੋਂ ਉੱਥੇ ਲੋਕਾਂ ਦੀਆਂ ਹੱਤਿਆਵਾਂ ਕਰਵਾਉਂਦੇ ਸੀ ਤਾਂ ਕਿ ਜਿਹੜੀ ਡਿਸਟਰਬੈਂਸ ਦੇਖ ਕੇ ਉੱਥੇ ਜਿਹੜੀ ਸ਼ਾਂਤੀ ਲੋਕ ਭੈਭੀਤ ਰਹਿਣ ਔਰ ਇਹੋ ਜਿਹਾ ਮਾਹੌਲ ਬਣਿਆ ਰਹੇ ਔਰ ਉਹ ਜਿਹੜੀ ਹੈਗੀ ਆ ਸਰਕਾਰ ਤੋਂ ਪੈਸਾ ਲੁੱਟਦੇ ਰਹਿਣ। ਇਹ ਕਿੱਥੇ ਲਿਖਿਆ ਹੈਗਾ ਵੀ ਆਪਦਾ ਝੰਡਾ ਵੀ ਹੋਵੇ, ਆਪਦਾ ਸੰਵਿਧਾਨ ਵੀ ਹੋਵੇ? ਇੰਡੀਅਨ ਕਨਸਟੀਟਿਊਸ਼ਨ ਨੂੰ ਅਸੀਂ ਮੰਨਦੇ ਨਹੀਂ ਹੈਗੇ ਔਰ ਪੈਸਾ ਸਰਕਾਰ ਦੀ ਸੋਚ ਹੈ, ਸਰਕਾਰ ਨੂੰ ਪਤਾ ਚੱਲੇਗਾ ਇਹਦਾ ਕੀ ਨੁਕਸਾਨ ਹੈ, ਤੁਹਾਡੀ ਆਪਣੀ ਵੱਡੀ ਸੋਚ ਹੈ, ਅਸੀਂ ਉਹਦੇ ਵਿੱਚ ਇਸ ਵਕਤ ਉਸ ਗੱਲ 'ਤੇ ਡਿਬੇਟ ਨਹੀਂ ਕਰੇ। ਪਰ ਮੈਂ ਕਹਿ ਰਹੀ ਹਾਂ ਜਿਸ ਤਰੀਕੇ ਨਾਲ ਇਸ ਫੈਸਲਾ ਵੀ ਲਿਆ ਗਿਆ ਈਦ ਤੋਂ ਪਹਿਲੇ ਅਮਰਨਾਥ ਯਾਤਰਾ ਲੋਕ, ਤੁਸੀਂ ਅੱਜ ਜੇ ਅਸੀਂ ਇਸ ਮੰਦਰ ਢਾਣ ਦੀ ਗੱਲ ਕਰੀਏ, ਇੱਕ ਪਾਸੇ ਭਾਜਪਾ ਅੱਜ ਇੱਕ ਸਿਆਸੀ ਤਾਕਤ ਇਸ ਲਈ ਬਣ ਗਈ ਕਿਉਂਕਿ ਉਹ ਰਾਮ ਮੰਦਰ ਨੂੰ ਬਚਾਉਣਾ ਵਾਪਸ ਲਿਆਉਣਾ ਚਾਹੁੰਦੀ ਹੈ, ਠੀਕ ਹੈ ਜੀ। ਉਹੀ ਉਹ ਭਾਜਪਾ ਦੇ ਹੇਠ ਇੱਕ ਰਵਿਦਾਸ, ਗੁਰੂ ਰਵਿਦਾਸ ਦਾ ਮੰਦਰ ਢਾਇਆ ਜਾਏ, ਇਹ ਮਤਲਬ ਜਿਸ ਤਰ੍ਹਾਂ ਹੀ ਇੱਕ ਤਾਕਤ ਬਣੀ ਉਹ ਹਾਕਮ ਬਣੀ ਅਤੇ ਉਹ ਭੁੱਲ ਗਈ ਕਿ ਅਸੀਂ ਕਿੱਥੋਂ ਉੱਠ ਕੇ ਆਏ ਸੀ। ਪਹਿਲਾਂ ਤਾਂ ਮੈਂ ਧੰਨ ਧੰਨ ਆਪਣੇ ਰਵਿਦਾਸ ਮਹਾਰਾਜ ਜੀ ਨੂੰ ਨਮਸਤਕ ਹੁੰਦਾ ਹੈਗਾ ਔਰ ਇਹ ਵੀ ਵਰਲਡ ਵਾਈਡ ਪਤਾ ਹੈਗਾ, ਸਭ ਨੂੰ ਪਤਾ ਹੈਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਵੀ ਧੰਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰਵਿਦਾਸ ਜੀ ਮਹਾਰਾਜ ਦਾ ਇੱਕ ਵਿਸ਼ੇਸ਼ ਸਥਾਨ ਹੈ ਔਰ ਇਹ ਜਿਹੜਾ ਕਿਤੇ ਕੁਛ ਉੱਥੇ ਹੋਇਆ ਉਹਦੇ ਵਿੱਚ ਸਾਡੇ ਮਾਨਯੋਗ ਕੈਬਨਿਟ ਮਿਨਿਸਟਰ ਪੰਜਾਬ ਤੋਂ ਔਰ ਮੈਂਬਰ ਆਫ ਪਾਰਲੀਮੈਂਟ ਸੋਮ ਪ੍ਰਕਾਸ਼ ਜੀ ਵੀ ਖੁਦ ਵੀ ਗਏ ਹੈਗੇ ਆ ਔਰ ਸਾਰੇ ਲੋਕਾਂ ਨੇ ਇਸ ਚੀਜ਼ ਦਾ ਗਿਲਾ ਵੀ ਜ਼ਾਹਰ ਕੀਤਾ। ਕਈ ਵਾਰ ਜਿਹੜੇ ਲੋਕ ਹੁੰਦੇ ਹੈਗੇ ਆ ਜਿਹੜੇ ਮੌਕਾ ਪ੍ਰਸਤ ਹੁੰਦੇ ਹੈਗੇ ਆ ਉਹ ਇਹੋ ਜਿਹੇ ਮੌਕਿਆਂ ਦਾ ਫਾਇਦਾ ਲੈਂਦੇ ਆ। ਮਸਲਨ ਵੀ ਉੱਥੇ ਕੇਂਦਰ ਦੇ ਵਿੱਚ ਕੇਜਰੀਵਾਲ ਜੀ ਦੀ ਸਰਕਾਰ ਹੈਗੀ ਆ ਔਰ ਨੋ ਡਾਊਟ ਵੀ ਓਨੇਵਲ ਸੁਪਰੀਮ ਕੋਰਟ ਆਫ ਇੰਡੀਆ ਦਾ ਫੈਸਲਾ ਆਇਆ ਅਤੇ ਉਹਨੂੰ ਥੋੜ੍ਹਾ ਦੇਖਿਆ ਵੀ ਜਾ ਸਕਦਾ ਸੀ ਔਰ ਉੱਥੇ ਸ਼ਰਾਰਤ ਹੋਈ ਹੈਗੀ ਆ ਉਹਦੇ ਵਿੱਚ ਕੇਂਦਰ ਸਰਕਾਰ ਦਾ, ਮੋਦੀ ਸਾਹਿਬ ਦਾ, ਭਾਰਤੀ ਜਨਤਾ ਪਾਰਟੀ ਦਾ, ਭਾਰਤੀ ਜਨਤਾ ਪਾਰਟੀ ਦੇ ਲੋਕਾਂ ਦਾ ਕੋਈ ਹੱਥ ਨਹੀਂ ਹੈ। ਲੇਕਿਨ ਅਸੀਂ ਉਹ ਜਿਹੜੀ ਚੀਜ਼ ਹੋਈ ਹੈਗੀ ਆ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ, ਜਿਹੜਾ ਧਰਮ ਹੈਗਾ ਉਹ ਵੱਖ ਨਹੀਂ ਕਰਦਾ, ਸਾਰੇ ਧਰਮ ਜੋੜਦੇ ਹੈਗੇ ਆ। ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਭਵਿੱਖ ਵਿੱਚ ਜੇ ਭਾਰਤੀ ਜਨਤਾ ਪਾਰਟੀ ਫੈਸਲਾ ਲਊਗੀ, ਵਧੀਆ ਫੈਸਲਾ ਲਊਗੀ, ਉਹਦਾ ਜਿਹੜਾ ਨੁਕਸਾਨ ਹੋਇਆ ਉਹਦੇ ਲਈ ਜਿਹੜੀ ਤੀਜੀ ਧਿਰ ਹੈਗੀ ਆ ਉਹ ਜ਼ਿੰਮੇਵਾਰ ਹੈਗੀ ਆ, ਜਿਹੜੀ ਕਹਿੰਦੇ ਵੀ ਅੱਗ ਲਾਈ ਡੱਬੂ ਕੰਧ 'ਤੇ, ਡੱਬੂ ਤਾਂ ਬੈਠ ਕੇ ਉੱਥੇ ਦੇਖਦੇ ਰਹੇ ਹੈਗੇ ਪਰ ਜਿਹੜਾ ਸਾਡੇ ਮਨਾਂ ਨੂੰ ਉਹ ਇਹ ਨਹੀਂ ਹੈਗਾ ਵੀ ਰਵਿਦਾਸ ਭਾਈਚਾਰਾ ਹੈਗਾ ਜਾਂ ਹੋਰ ਲੋਕ ਹੈਗੇ ਆ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੂਹਰੇ ਸਾਰੇ ਹੀ ਸਜਦਾ ਕਰਦੇ ਆ, ਸਾਰੇ ਭਗਤਾਂ ਦੀ, ਸਾਰੇ ਮਹਾਰਾਜ ਦੀ ਉਹਦੇ ਵਿੱਚ ਬਾਣੀ ਆ ਔਰ ਇੱਕ ਵੱਡਾ ਦੁਖਾਂਤ ਵਾਪਰਿਆ, ਮੈਂ ਇਸ ਨੂੰ ਦੁਖਾਂਤ ਹੀ ਕਹੂੰਗਾ ਔਰ ਭਵਿੱਖ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਸਰਕਾਰ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਧੀਆ ਫੈਸਲਾ ਲੈਣਗੇ ਤਾਂ ਕਿ ਜਿਹੜਾ ਇਹ ਮਾਹੌਲ ਵਿਗਾੜਨ ਦਾ ਯਤਨ ਕੀਤਾ ਗਿਆ ਉਹ ਸਾਰਿਆਂ ਨੂੰ ਸਮਝ ਵੀ ਆਵੇ ਔਰ ਸਾਰੇ ਲੋਕ ਉਸ 'ਤੇ ਨਜ਼ਰ ਵੀ ਰੱਖਣ ਤਾਂ ਕਿ ਭਵਿੱਖ ਵਿੱਚ ਇਹੋ ਜਿਹੀ ਮਾੜੀ ਘਟਨਾ ਨਾ ਵਾਪਰ ਸਕੇ। ਤੁਹਾਡਾ ਇਸ਼ਾਰਾ ਮੈਨੂੰ ਪਤਾ ਨਹੀਂ ਕਿਸ ਵੱਲ ਸੀਗਾ ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਤੁਸੀਂ ਜਦ ਮੰਦਰ ਤੋੜਿਆ ਗਿਆ ਉਸ ਤੋਂ ਬਾਅਦ ਤਾਂ ਤੁਸੀਂ ਪੰਜਾਬ 'ਚ ਜਿੱਥੇ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ ਤੁਸੀਂ ਉਸ ਨੂੰ ਮਤਲਬ ਰੋਕ ਕੇ ਰੱਖਤਾ, ਸਭ ਨੂੰ ਪਤਾ ਸੀ ਫੈਸਲਾ ਆ ਚੁੱਕਾ ਹੈ ਇਸ ਦਿਨ ਮੰਦਰ ਢਾਇਆ ਜਾਣਾ ਹੈਗਾ, ਉੱਥੇ DDA ਵੀ ਸੀਗਾ, ਮੰਦਿਰ ਦੀ ਮੈਨੇਜਮੈਂਟ ਵੀ ਸੀਗੀ, ਜੋ ਤੁਸੀਂ ਇਹ ਰੋਕਣਾ ਸੀਗਾ ਇੱਕ ਦਿਨ ਪਹਿਲੇ ਕਿਉਂ ਨਹੀਂ ਇਹ ਫੈਸਲਾ ਪ੍ਰੋਟੈਸਟ ਕੀਤਾ ਗਿਆ, ਬਾਅਦ ਵਿੱਚ ਕਰਨ ਦਾ ਕੀ ਫਾਇਦਾ ਹੈਗਾ, ਕੀ ਇੱਕ ਮੌਕਾ ਪ੍ਰਸਤੀ ਬਣ ਗਈ ਸਾਡੀ ਸਿਆਸਤ, ਤੁਸੀਂ ਕੀ ਆਪਣੀ ਸਿਆਸਤ ਨੂੰ ਚੁੱਕ ਕੇ ਪੰਜਾਬ ਵਿੱਚ ਆਪਣੀ ਆਵਾਜ਼ ਚੁੱਕਣਾ ਬਣਾਉਣਾ ਚਾਹੁੰਦੇ ਹੋ? ਨਹੀਂ, ਇੱਦਾਂ ਦੀ ਗੱਲ ਨਹੀਂ ਹੈ ਕਿ ਇਹ ਜਿਹੜਾ ਮਸਲਾ ਸੀ ਕਾਫੀ ਦੇਰ ਤੋਂ ਇਹ ਕੋਰਟ ਦੀ ਸਬ ਜੁਡੀਸ਼ੀ ਸੀ, ਲੇਕਿਨ ਅਸੀਂ 1.5-2 ਮਹੀਨੇ ਪਹਿਲਾਂ
ਹਰਦੀਪ ਪੁਰੀ ਜੀ ਨੂੰ ਇੱਕ ਜੋ ਅਰਬਨ ਡਿਵੈਲਪਮੈਂਟ ਮਿਨਿਸਟਰ ਨੇ ਉਹਨਾਂ ਨੂੰ ਅਸੀਂ ਇਹ ਲੈਟਰ ਦਿੱਤਾ ਸੀਗਾ ਥਰੂ ਸੋਮ ਪ੍ਰਕਾਸ਼ ਜੀ ਦੇ, ਕਿਉਂਕਿ ਮਿਨਿਸਟਰ ਆਫ ਸਟੇਟ ਉਹ ਵੀ ਨੇ, ਕਿ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹ ਮਾਮਲਾ ਜਿਹੜਾ ਨਾ ਯੂਟੀ ਦੇ ਅੰਡਰ ਆਉਂਦਾ, ਕੇਜਰੀਵਾਲ ਦੇ ਅੰਡਰ ਆਉਂਦਾ, DDA ਜਿਹੜੀ ਆ ਉਹ ਕੇਜਰੀਵਾਲ ਦੇ ਅੰਡਰ ਹੈ। ਲੇਕਿਨ ਮੈਂ ਇਸ ਗੱਲ 'ਤੇ ਬੜਾ ਹੈਰਾਨ ਹੋਇਆ ਕਿ ਵੀ ਨਰਿੰਦਰ ਮੋਦੀ ਜੀ ਨੇ ਇੱਕ ਐਸੇ ਸ਼ਖਸ ਨੂੰ ਮੰਤਰੀ ਬਣਾਇਆ ਕਿ ਜਿਸ ਨੂੰ ਆਪਣੇ ਮਹਿਕਮੇ ਦਾ ਹੀ ਨਹੀਂ ਪਤਾ ਕਿ DDA ਜਿਹੜਾ ਉਹ ਸੈਂਟਰ ਦੇ ਅੰਡਰ ਹੈ ਔਰ ਦਿੱਲੀ ਡਿਵੈਲਪਮੈਂਟ ਅਥਾਰਟੀ ਆ ਜਿਹੜੀ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਅੰਡਰ ਆਉਂਦੀ ਆ, ਔਰ ਸੈਕਿੰਡ ਜਿਹੜਾ ਲੈਫਟੀਨੈਂਟ ਗਵਰਨਰ ਹੁੰਦਾ ਉਹਦਾ ਚੇਅਰਮੈਨ ਹੁੰਦਾ। ਲੇਕਿਨ ਅਗਰ ਇਹ ਗੱਲ ਹਰਦੀਪ ਸਿੰਘ ਜੀ ਪੁਰੀ ਨੇ ਅੱਜ ਤੋਂ 2 ਮਹੀਨੇ ਪਹਿਲਾਂ ਇਸ ਨੂੰ ਸਮਝ ਲਿਆ ਹੁੰਦਾ, ਸ਼ਾਇਦ ਜਿੰਨਾ ਹਾਲਾਤ ਪੰਜਾਬ ਦੇ ਵਿੱਚ ਇੰਨੇ ਖਰਾਬ ਹੋਏ ਨੇ ਔਰ ਦਿੱਲੀ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਸਥਾਨ, ਪ੍ਰਾਚੀਨ ਇਤਿਹਾਸਿਕ ਸਥਾਨ ਹੈ, ਉਸਨੂੰ ਤੋੜਿਆ ਗਿਆ। ਇਹਦੇ ਲਈ ਸਿੱਧੇ ਦੇ ਸਿੱਧੇ ਜਿਹੜੇ ਨੇ ਮੋਦੀ ਜੀ ਦੇ ਜਿਹੜੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਨੇ ਉਹ ਜ਼ਿੰਮੇਵਾਰ ਨੇ। ਹਰਦੀਪ ਸਿੰਘ ਜੀ ਪੂਰੀ ਚੁੱਪੀ ਜ਼ਿੰਮੇਵਾਰ ਨਹੀਂ ਹੈ, ਨਹੀਂ ਅਸੀਂ ਜੇ ਤੁਸੀਂ ਕੱਲ ਪੰਜਾਬ ਨੂੰ ਅਸੀਂ ਡੈਮੋਕ੍ਰੈਟਿਕ ਵੇ ਦੇ ਵਿੱਚ ਅਪਰੋਚ ਕਰ ਰਹੇ ਹਾਂ, ਨਹੀਂ ਤੇ ਅਸੀਂ ਜਦ ਤੁਹਾਡੇ ਸਾਹਮਣੇ ਹੋ ਰਹੀ ਹੈ ਤੇ ਤੁਸੀਂ ਪਤਾ ਹੈ ਕਿ ਅਸੀਂ ਡੈਮੋਕ੍ਰੇਸੀ ਤੋੜ ਕੇ ਹੜਤਾਲ ਨਹੀਂ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ 9 ਤਾਰੀਖ ਨੂੰ ਕੋਰਟ ਦਾ ਡਿਸੀਜਨ ਆਉਂਦਾ, 10 ਤਰੀਕ ਦੀ ਮਾਰਨਿੰਗ ਨੂੰ ਡਿਮੋਲਿਸ਼ ਕਰ ਦਿੱਤਾ ਜਾਂਦਾ, ਜਦੋਂ ਕਿ ਉਹਦਾ ਟਾਈਮ ਪੀਰੀਅਡ ਸੀ ਜਿਹੜਾ ਉਹ 13 ਤੱਕ ਦਾ ਸੀਗਾ। ਲੇਕਿਨ ਉਹਦੇ ਵਿੱਚ ਦੇਖੋ ਇਹ ਗੱਲ ਉੱਥੇ ਹਾਜ਼ਰ ਸੀ ਉਸ ਟਾਈਮ, ਉਹਦੇ ਵਿੱਚ ਹੋਮ ਮਿਨਿਸਟਰੀ ਨੂੰ ਇਸ ਗੱਲ ਦਾ, ਏਜੰਸੀਆਂ ਨੇ ਸਾਰਾ ਕੁਝ ਪਤਾ ਸੀ, ਹੋਮ ਮਿਨਿਸਟਰੀ ਨੂੰ ਵੀ ਪਤਾ ਸੀ, ਅਰਬਨ ਡਿਵੈਲਪਮੈਂਟ ਮਿਨਿਸਟਰੀ ਨੂੰ ਵੀ ਪਤਾ ਸੀ, DDA ਨੂੰ ਵੀ ਪਤਾ ਸੀ। ਲੇਕਿਨ ਇਹਨਾਂ ਬੰਦਿਆਂ ਨੇ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ। ਅਗਰ ਇਹ ਚਾਹੁੰਦੇ ਕੁਛ ਵੀ ਗੱਲ ਨਹੀਂ, ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸਦਾ ਕਿ ਜੋ ਗ੍ਰੀਨ ਬੈਲਟ ਹੈ, ਹੈਰੀਟੇਜ ਹੈ, ਅਤੇ ਉਹਦੇ ਵਿੱਚ ਕਿਸੇ ਚੀਜ਼ ਨੂੰ ਡਿਮੋਲਿਸ਼ ਕਰਨ ਦਾ ਅਧਿਕਾਰ ਨਹੀਂ ਹੈ। ਪੁਰਾਤਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਡਿਮੋਲਿਸ਼ ਕਰਨ ਦਾ ਅਧਿਕਾਰ ਨਹੀਂ। ਲੇਕਿਨ BJP ਮੇਰੇ ਪੁਆਇੰਟ ਤੇ ਕੋ ਸਮਝੋਗੇ, ਮੈਂ ਕਹਿ ਰਹੀ ਹਾਂ ਕਿ ਇੱਕ ਬਾਲ ਖੇਡੀ ਜਾ ਰਹੀ ਹੈ ਸਿਆਸਤ। ਓਕੇ ਸਾਹਿਬ, ਸਾਡੇ ਸਰਕਾਰਤ ਬਤੌਰ ਸਰਕਾਰ ਸਾਡੇ ਦੋਸਤ ਵੀ ਨੇ ਇਹ ਕਿ ਜਦੋਂ ਪੰਜਾਬ ਦੇ ਕਿਸਾਨ ਜਾਂ ਪੂਰੇ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ 'ਚ ਜਾ ਕੇ ਧਰਨੇ ਲਾ ਸਕਦੇ ਨੇ, ਕਿ ਜੇਕਰ ਅੰਨਾ ਹਜ਼ਾਰੇ ਦਿੱਲੀ 'ਚ ਜਾ ਕੇ ਅੰਦੋਲਨ ਕਰ ਸਕਦਾ, ਪੰਜਾਬ ਦੇ ਦਲਿਤਾਂ 'ਚ ਇੰਨੀ ਹਿੰਮਤ ਕਿਉਂ ਨਹੀਂ ਕਿ ਉਹ ਦਿੱਲੀ 'ਚ ਜਾ ਕੇ ਜੰਤਰ ਮੰਤਰ ਦੇ ਧਰਨਾ ਮਾਰਨ ਉਸਦੇ ਖਿਲਾਫ, ਨਾ ਕਿ ਉਹ ਜਿਸ ਸਟੇਟ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਹੈ ਨਹੀਂ ਤੇ ਭਾਰਤੀ ਜਨਤਾ ਪਾਰਟੀ ਜਦੋਂ ਇਸ ਗੱਲ ਦੇ ਉੱਤੇ ਅਸੀਂ ਉਹਨਾਂ ਦੇ ਧਿਆਨ ਵਿੱਚ ਲੈ ਕੇ ਆਉਂਦਾ, ਉਹ ਕਹਿੰਦੇ ਸਾਡੇ ਵਿਚਾਰ ਅਧੀਨ ਹੈ, ਕਿਉਂਕਿ ਜਦੋਂ ਅਰਬਨ ਡਿਵੈਲਪਮੈਂਟ ਮਿਨਿਸਟਰੀ ਪੰਜਾਬ ਬੰਦ ਉਦੋਂ ਹੋਇਆ ਕਿ ਜਦੋਂ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰੋਗੇ ਤਾਂ ਉਸ ਤੋਂ ਬਾਅਦ ਹੀ ਕੋਈ ਪੰਜਾਬ ਦੀ ਗਲਤੀ ਨਹੀਂ ਸੀ, ਨਹੀਂ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਬਹੁਤ ਹੈ, ਆਲ ਓਵਰ ਇੰਡੀਆ ਦੇ ਵਿੱਚ ਕਿ ਵਰਲਡ ਦੇ ਵਿੱਚ ਨੇ। ਲੇਕਿਨ ਜਿੱਥੇ ਕਿਸੇ ਦੀ ਵੀ ਕੋਈ ਗੱਲ ਅਸੀਂ ਇਸ ਪੰਜਾਬ 'ਚ ਕਿਸਾਨ ਵੀ ਬਹੁਤ ਨੇ ਪਰ ਉਹ ਜਦੋਂ ਮੰਗਾਂ ਮੰਨਦੇ ਨੇ ਕਰਦੇ ਜੰਤਰ ਮੰਤਰ ਦੇ ਜਾਂਦੇ ਨੇ। ਨਹੀਂ ਨਹੀਂ ਮੰਗਾਂ ਜਦੋਂ ਤੁਸੀਂ ਸਟੇਟ ਕਿਸਾਨ ਦੀ ਜਿੱਥੇ ਤੱਕ ਗੱਲ ਹੈ, ਕਿਸਾਨ ਤਾਂ ਜਦੋਂ ਆਪਣੇ ਅਜਮੇਰ ਸਿੰਘ ਜੀ ਲੱਖੋਵਾਲ ਨੇ ਉਹਨੂੰ ਕੈਬਨਿਟ ਸਟੇਟਸ ਦੇ ਦਿੱਤਾ, ਉਹਨਾਂ ਨੇ ਪੰਜਾਬ 'ਚ ਧਰਨੇ ਲਾਉਣੇ ਬੰਦ ਕਰ ਦਿੱਤੇ, ਉਹ ਦਿੱਲੀ ਵੱਲ ਨੂੰ ਚੱਲ ਪਏ। ਅਤੇ ਲੇਕਿਨ ਇਸ ਤਰ੍ਹਾਂ ਹੀ ਨਹੀਂ, ਜਿਹੜਾ ਕਿਸਾਨ ਆਪਣੀ ਜਿਹੜੀ ਪੋਲੀਟਿਕਸ ਹੈ ਜਿਹੜੀ ਉਹ ਆਪਣੀ ਪੋਲੀਟਿਕਸ ਆਪਣੇ ਹਿਸਾਬ ਨਾਲ ਕਰਦੇ ਨੇ ਤਾਂ ਉਸਨੂੰ ਉਸੇ ਹਿਸਾਬ ਨਾਲ ਚੱਲੇ। ਲੇਕਿਨ ਇਹ ਧਾਰਮਿਕ ਮੁੱਦਾ ਹੈ, ਇਹ ਧਾਰਮਿਕ ਮੁੱਦਾ, ਇਹ ਰਾਜਨੀਤਿਕ ਮੁੱਦਾ ਨਹੀਂ ਹੈ, ਇਹ ਧਰਨੇ ਰੈਲੀਆਂ ਰੋਸ ਮੁਜ਼ਾਹਰਿਆਂ ਦਾ ਨਹੀਂ ਹੈ। ਲੇਕਿਨ ਜਿਸ ਤਰੀਕੇ ਨਾਲ ਇਸ ਨੂੰ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ, ਕਿਉਂਕਿ ਉਹਨਾਂ ਦਾ ਇੱਕ ਮੰਤਰੀ ਹੈ ਜਿਹੜੇ ਹਰਦੀਪ ਪੁਰੀ ਜੀ, ਉਹਨਾਂ ਦੇ ਹੀ ਇੱਕ ਮੰਤਰੀ ਨੇ ਕਿ ਜਦੋਂ ਉਹਨਾਂ ਦੇ ਧਿਆਨ ਵਿੱਚ ਹੈ, ਉਹ ਤਾਂ ਪੰਜਾਬ ਵਿੱਚ ਹਾਰ ਕੇ ਪੰਜਾਬ ਨੇ ਉਹਨਾਂ ਨੂੰ ਨਕਾਰ ਦਿੱਤਾ। ਨਹੀਂ ਨਹੀਂ ਉਹ ਦੇਖੋ ਇੱਕ ਡੈਮੋਕ੍ਰੈਟਿਕ ਹੈ, ਵੋਟਾਂ ਨੇ ਵੋਟਾਂ ਕਿਸੇ ਕਿਨੇ ਪਾਣੀਆਂ ਨੇ, ਮੁੱਦੇ ਨਾਲ ਕੀ ਲੈਣਾ ਦੇਣਾ। ਨਹੀਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕ ਹੀ, ਕਿਉਂਕਿ ਜਿਹੜੇ ਆਧਰ ਮਿਸ਼ਨ ਦੇ ਸੰਚਾਲਕ ਨੇ ਸਤਵਿੰਦਰ ਸਿੰਘ ਜੀ ਹੀਰਾ, ਉਹ ਉੱਥੇ ਸਾਰੀ ਦੇਖ ਰੇਖ ਕਰ ਰਹੇ ਸੀਗੇ, ਉੱਥੇ ਹੀ ਬੈਠ ਕੇ ਸਾਰੀ ਦੇਖ ਰੇਖ ਕਰ ਰਹੇ ਸੀ। ਉਹਨਾਂ ਨੂੰ ਕੇਂਦਰ ਸਰਕਾਰ ਚੁੱਪ ਰਹੇ, ਤੁਸੀਂ ਸਾਰੇ ਲੋਕ ਚੁੱਪ ਰਹੋ, ਅਸੀਂ ਵੀ ਰਹੇ। ਸੁਪਰੀਮ ਕੋਰਟ ਆਫ ਇੰਡੀਆ ਦਾ ਫੈਸਲਾ ਆਇਆ ਔਰ ਇਹਨਾਂ ਦੇ ਧਿਆਨ 'ਚ ਵੀ ਸੀ ਔਰ ਇਹਨਾਂ ਦਾ ਖਿਆਲ ਰੱਖਣਾ ਫਰਜ਼ ਬਣਦਾ ਸੀ ਔਰ ਨੋ ਡਾਊਟ ਉੱਥੇ ਕਮੀ ਰਹੀ ਹੈਗੀ ਆ, ਉੱਥੇ ਇਹੋ ਜਿਹਾ ਇੰਸਟਾਂਸ ਨਹੀਂ ਵਾਪਰਨਾ ਚਾਹੀਦਾ ਸੀ। ਪਰ ਇਹ ਵੀ ਗੱਲ ਕਿਤੇ ਨਹੀਂ ਲਿਖੀ ਵੀ ਆਪਾਂ ਵੀ ਜਗ੍ਹਾ ਜਗ੍ਹਾ ਬਲੌਕ ਕਰਕੇ ਵੀ ਜਿਹੜੇ ਹੋਸਪਿਟਲਸ ਨੂੰ ਮਰੀਜ਼ ਜਾ ਰਹੇ ਨੇ, ਜਾਂ ਇਵਨ ਮੈਂ ਕਮੀ ਰਹੀ ਆ, ਮੈਂ
ਇੱਥੇ ਕਦੇ ਦੇਖਿਆ ਵੀ ਜਿਹੜੇ ਕੈਦੀ ਸੀ ਜਾਂ ਜੇਲ੍ਹ ਦੇ ਵਿੱਚੋਂ ਤਰੀਕਾ ਭੁਗਤਣ ਆਏ ਆ, ਪੁਲਿਸ ਉਹਨਾਂ ਨੂੰ ਪੈਦਲ ਲਿਜਾ ਰਹੀ ਸੀ, ਜਿਹਦੇ 'ਚ ਕਈ ਹਾਰਡ ਕੋਰ ਵੀ ਸੀ ਜਾਂ ਹੋਰ ਆ। ਮਤਲਬ ਇਹ ਆ ਵੀ ਜਿੱਥੇ ਇੰਸਟਾਂਸ ਹੋਇਆ ਹੈਗਾ ਉੱਥੇ ਗੱਲ ਕਰਨੀ ਬਣਦੀ ਹੈਗੀ ਆ, ਗੱਲ ਕਰਨੀ ਉਵੇਂ ਬਣਦੀ ਹੈਗੀ ਆ। ਕੱਲ੍ਹ ਜਿਵੇਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉੱਥੇ ਜਾ ਕੇ ਦਿੱਲੀ ਸਾਰੇ ਸੈਂਟਰ ਦੇ ਲੀਡਰਸ ਨੂੰ ਮਿਲੇ ਹੈਗੇ ਆ, ਗੱਲ ਰੱਖੀ ਹੈਗੀ ਆ, ਔਰ ਉਹਦਾ ਸਲਿਊਸ਼ਨ ਵੀ ਨਿਕਲਦਾ। ਹੁਣ ਸਲਿਊਸ਼ਨ ਕੀ ਨਿਕਲ, ਤੁਸੀਂ ਬੋਲੋਗੇ ਅਸੀਂ ਤੁਹਾਨੂੰ ਇੰਨਾ ਪੈਸਾ ਦਾਂਗੇ। ਇਤਿਹਾਸ ਦਾ ਇੱਕ ਬੜਾ ਮਤਲਬ ਮਹੱਤਵਪੂਰਨ ਜੋ ਸਾਡੇ ਕੋਲ ਗਿਫਟ ਸੀ, ਅਸੀਂ ਉਹ ਤਬਾਹ ਕਰਤਾ। ਇਸ ਤੋਂ ਬਾਅਦ ਹੁਣ ਅਸੀਂ ਕੀ ਸਲਿਊਸ਼ਨ ਕੱਢ ਸਕਦੇ ਹਾਂ? ਗਲਤੀ ਹਰਦੀਪ ਪੁਰੀ ਜੀ ਦੀ ਹੈ, ਉਹ ਓਬਵੀਅਸਲੀ ਜੋ ਉਹਨਾਂ ਦੇ ਹੱਥਾਂ ਨਹੀਂ ਇਹ ਕਹਿ ਸਕਦਾ ਵੀ ਹਰਦੀਪ ਪੁਰੀ ਜੀ ਦੀ ਗਲਤੀ ਹੈਗੀ। ਤਾਂ ਕਮੀ ਕਿਹਦੇ ਵੱਲੋਂ ਰਹਿ ਗਈ? ਕਮੀ ਕਿਹਦੇ ਵੱਲੋਂ ਰਹਿ ਗਈ? ਉੱਥੇ ਹੀ ਕੇਂਦਰ ਦੇ ਵਿੱਚ ਸਾਡੀ ਗਵਰਨਮੈਂਟ ਹੈਗੀ ਆ, ਨੋ ਡਾਊਟ। ਉੱਥੇ ਹੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈਗੀ ਆ, ਔਰ ਇਹ ਇੱਕ ਉੱਥੇ ਆਪਸ ਵਿੱਚ ਮਾਹੌਲ ਖਰਾਬ ਕਰਨ ਲਈ ਕੋਈ ਨਾ ਕੋਈ ਇਹ ਕਾਂਡ ਹੋਇਆ ਹੈਗਾ ਵੀ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਜਿਹੜੀ ਕਿ ਜਗ੍ਹਾ ਜਗ੍ਹਾ ਜਿਹੜੇ ਫੈਸਲੇ ਲਏ ਗਏ ਹੈਗੇ ਆ, ਵਧੀਆ ਫੈਸਲੇ ਸੀ, ਉਹਨੂੰ ਬਦਨਾਮ ਕਰਨ ਦਾ ਇੱਕ ਕੋਝਾ ਯਤਨ ਹੈਗਾ, ਜਿਹਦੇ ਵਿੱਚ ਮੈਂ ਕਹਿੰਦਾ ਵੀ ਐਡਾ ਗੁਨਾਹ ਨਹੀਂ ਕਰਨਾ ਚਾਹੀਦਾ ਸੀ ਵੀ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਿਆ ਜਾਵੇ। ਸੁਖਿੰਦਰਪਾਲ ਜੀ, ਮੈਂ ਅੱਜ ਇੱਕ ਇਹ ਤਾਂ ਇੱਕ ਮੁੱਦਾ ਹੈ, ਇਹੋ ਜਿਹੇ ਅਨੇਕਾਂ ਮੁੱਦੇ ਰੋਜ਼ ਵਾਪਰਦੇ। ਜੈਸੇ ਮੁਸਲਮਾਨ ਭਾਈਚਾਰੇ ਦੀ ਗੱਲ ਕਰੀਏ, ਕਦੀ ਗਾਂ ਮਾਸ ਦੇ ਖਾਣ 'ਤੇ ਕਿਸੇ ਦੀ ਸ਼ੱਕ 'ਤੇ ਕਿਸੇ ਨੂੰ ਕੁੱਟਿਆ ਮਾਰੇ ਜਾ ਰਿਹਾ, ਬੜੇ ਹਾਦਸੇ ਹੋ ਚੁੱਕੇ। ਕਸ਼ਮੀਰ ਵਿੱਚ ਇਸ ਤਰ੍ਹਾਂ ਅੱਜ ਐਮਰਜੈਂਸੀ ਪਈ ਹੈ, ਮੇਰਾ ਖਿਆਲ ਨਾਲ ਇਹ ਤਰੀਕਾ ਇਹ ਸੀ ਕਿ ਅਸੀਂ ਫੌਜ ਦਾ ਰੂਲ ਵਾਪਸ ਲੈਂਦੇ, ਉਹਨਾਂ ਨੂੰ ਉਹਨਾਂ ਦਾ ਦਿਲ ਜਿੱਤੇ। ਅਸੀਂ ਕਿੱਥੇ ਜੋ ਅੱਜ ਦਾ ਹਾਕਮ ਹੈ, ਭਾਵੇਂ ਉਹ ਜਦ ਕਾਂਗਰਸ ਸੱਤਾ ਵਿੱਚ ਸੀ ਕਾਂਗਰਸ ਹੋਵੇ, ਜਿਹੜਾ ਵੀ ਹਾਕਮ ਆਉਂਦਾ ਹੈ ਉਹ ਅੰਗਰੇਜ਼ਾਂ ਨੂੰ ਆਪਣੇ ਰਵੱਈਏ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦਾ? ਨਹੀਂ, ਜਿਹੋ ਜਿਹੇ ਹਾਲਾਤ ਹੋਣ ਉਹ ਜਿਹੇ ਫੈਸਲੇ ਲੈਣੇ ਪੈਂਦੇ ਹੈਗੇ ਆ, ਕਿਉਂਕਿ ਉਹ ਜਿਹੇ ਫੈਸਲੇ ਨਹੀਂ ਲਾਉਂਗੇ ਤਾਂ ਵੱਧ ਨੁਕਸਾਨ ਹੋ ਸਕਦਾ। ਜਿਵੇਂ ਹੁਣ ਹਜ਼ਾਰ ਜਿਪਸੀਆਂ ਦਿੱਤੀਆਂ ਹੋਈਆਂ ਸੀਗੀਆਂ ਉਹਨਾਂ ਲੋਕਾਂ ਨੂੰ ਜਿਹੜੇ ਪੈਸੇ ਹਾਕਮ ਦੇ ਐਟੀਟਿਊਡ। ਫਿਰ ਅਸੀਂ ਜੇ ਆਉਣਾ ਤਾਂ ਅਸੀਂ ਪੰਜਾਬ 'ਤੇ ਆਈਏ। ਪੰਜਾਬ ਵਿੱਚ ਤੁਸੀਂ ਕਹਿੰਦੇ ਹੋ ਫੈਸਲੇ ਆਉਣੇ ਠੀਕ ਸੀਗੇ, ਜਦ ਬਰਗਾੜੀ ਮੋਰਚਾ ਚੱਲ ਰਿਹਾ ਸੀ, ਜਦ ਨੌਜਵਾਨ ਬੜੇ ਸੁੱਖ ਸ਼ਾਂਤੀ ਤਰੀਕੇ ਨਾਲ ਸਿਰਫ ਬੇਅਦਬੀ ਬਾਰੇ ਆਪਣਾ ਰੋਸ ਪ੍ਰਗਟ ਕਰ ਰਹੇ ਸੀ, ਪੰਜਾਬ ਪੁਲਿਸ, ਤੁਸੀਂ ਉਸ ਵਕਤ ਸੱਤਾ ਵਿੱਚ ਸੀਗੇ, ਗੋਲੀਆਂ ਚਲਾਈਆਂ ਗਈਆਂ, ਤੁਹਾਡਾ ਭਾਈਵਾਲ ਸੱਤਾ ਵਿੱਚ ਸੀ, ਤੁਸੀਂ ਸਾਡੀ ਚਲੋ ਰੋਲ ਘੱਟ ਸੀ ਉਹ ਵੀ ਮੰਨਦੀ ਹਾਂ, ਪਰ ਉਹ ਵੀ ਫਿਰ ਉਹ ਹਾਕਮ ਅੰਗਰੇਜ਼ਾਂ ਵਾਂਗ ਹੀ ਹੋ ਗਿਆ। ਉਹ ਤਾਂ ਜਲਿਆਂਵਾਲਾ ਬਾਗ ਵਾਲਾ ਹਾਦਸਾ ਪੰਜਾਬ ਵਿੱਚ ਹੁਣੇ 3 ਸਾਲ ਪਹਿਲੇ ਵਾਪਰਿਆ। ਦੇਖੋ, ਜਦੋਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈਗੀ ਆ, ਉੱਥੇ ਇਹੋ ਜਿਹਾ ਕੁਛ ਵਾਪਰਦਾ ਹੈਗਾ ਤਾਂ, ਪਰ ਇਹ ਕੁਛ ਨਹੀਂ ਵਾਪਰਨਾ ਚਾਹੀਦਾ ਸੀ, ਕਿਉਂਕਿ ਖਾਸ ਕਰਕੇ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਲੋਕ ਸ਼ਾਂਤੀਪੂਰਵਕ ਢੰਗ ਦੇ ਨਾਲ ਬੈਠੇ ਸੀ, ਔਰ ਜੇ ਉੱਥੇ ਹੋਇਆ ਹੈਗਾ ਤਾਂ ਉਹਦੀ ਸਾਰੀ ਇਨਕੁਆਇਰੀਆਂ ਵੀ ਚੱਲ ਰਹੀਆਂ, ਔਰ ਸਾਰਾ ਕੁਛ ਉਹ ਕੋਰਟ ਦੇ ਅਧੀਨ ਵੀ ਹੈਗਾ, ਇਨਕੁਆਇਰੀ ਦੇ ਵੀ ਅਧੀਨ ਹੈਗਾ, ਅਤੇ ਉਹਦੇ ਬਾਰੇ ਮੈਂ ਬੋਲਣਾ ਕੋਈ ਜਾਇਜ਼ ਨਹੀਂ ਸਮਝੂਗਾ। ਲੇਕਿਨ ਗੱਲ ਇਹ ਆ ਵੀ ਰਾਜ ਚਲਾਉਣ ਲਈ ਜਿਹੜਾ ਸੀਟ 'ਤੇ ਬੈਠਾ ਹੈਗਾ ਉਹਨੂੰ ਪਤਾ ਹੈਗਾ ਵੀ ਕਿੱਥੇ ਕਿਹੜੇ ਹਾਲਾਤ ਨੇ ਔਰ ਕਿਵੇਂ ਉਹਨਾਂ ਨੂੰ ਕੰਟਰੋਲ ਕਰਨਾ ਹੈਗਾ। ਇਸ ਕਰਕੇ ਕੋਈ ਉੱਥੇ ਧੱਕਾ ਜਾਂ ਧੋਖਾ ਕਿਤੇ ਵੀ ਨਹੀਂ ਕੀਤਾ ਹੈਗਾ। ਨੋ ਡਾਊਟ ਵੀ ਠੀਕ ਆ, ਲੋਕਾਂ ਨੂੰ ਲੱਗਦਾ ਹੈਗਾ ਜਿਹੜੇ ਉਸ ਵੇਗ 'ਚ ਤੁਰੇ ਹੋਏ ਹੈਗੇ ਆ, ਜਿਨ੍ਹਾਂ ਨੇ ਪਹਿਲਾਂ ਮਾਹੌਲ ਦੇਖਿਆ ਹੋਇਆ, ਕਿਉਂਕਿ ਇੰਡੀਆ ਦੇ ਵਿੱਚ ਇੱਕ ਵੱਡੀ ਚੇਂਜ ਆਉਣ ਲੱਗੀ ਹੋਈ ਆ, ਆਈ ਵੀ ਆ, ਆਉਣ ਲੱਗੀ ਵੀ ਹੋਈ ਆ, ਔਰ ਉਦੋਂ ਵੀ ਇਹ ਲੋਕਾਂ ਨੂੰ ਲੱਗਦਾ ਹੈਗਾ ਵੀ ਅਸੀਂ ਪਤਾ ਨਹੀਂ ਕੀ ਹੋ ਰਿਹਾ ਹੈਗਾ। ਇਸ ਕਰਕੇ ਇਹ ਨਹੀਂ ਹੈਗਾ ਵੀ ਅਸੀਂ ਕੋਈ ਅੰਗਰੇਜ਼ਾਂ ਦੇ ਰਾਹ 'ਤੇ ਤੁਰੇ ਹਾਂ ਜਾਂ ਚਾਹੇ ਕੋਈ ਸਾਡੀ ਲੀਡਰਸ਼ਿਪ ਆ ਚਾਹੇ ਪਾਰਟੀ ਹੈਗੀ ਆ, ਲੇਕਿਨ ਰਿਫੋਰਮਸ ਹੋਣ, ਲੋਕਾਂ ਨੂੰ ਚੰਗਾ ਰਾਜ ਮਿਲੇ, ਔਰ ਲੋਕਾਂ ਨੂੰ ਘਰ ਬੈਠਿਆਂ ਉਹਨਾਂ ਦੇ ਕੰਮ ਹੋਣ, ਔਨਲਾਈਨ ਸਾਰਾ ਸਿਸਟਮ ਹੋਵੇ, ਇਹ ਵਧੀਆ ਸਿਸਟਮ ਦੀਆਂ ਇੱਕ ਤਿਆਰੀ ਕੀਤੀ ਜਾ ਰਹੀ ਹੈ ਕਿ ਕੋਈ ਇਹ ਨਹੀਂ ਹੈਗਾ ਵੀ ਧੱਕਾ ਧੱਕਾ। ਜੇ ਮੈਂ ਅੰਗਰੇਜ਼ਾਂ ਦੀ ਗੱਲ ਕਰਾਂ, ਨੀਲ ਮੈਂ ਤੁਸੀਂ ਵੀ ਹਿਸਟਰੀ 'ਤੇ ਬਹੁਤ ਪੜ੍ਹਦੇ ਹੋ, ਅੰਗਰੇਜ਼ ਜਦ ਆਉਂਦੇ ਸੀ ਇੰਡੀਆ ਰਹਿਣ ਰਾਜ ਕਰਨ, ਅਤੇ ਉਹ ਕੁੜੀਆਂ ਨੂੰ ਲੈ ਕੇ ਆਪਣੇ ਘਰ, ਔਰ ਜਦ ਆਜ਼ਾਦੀ ਮਿਲੀ ਤਾਂ ਉਹੋ ਜਿਹੀ ਕਿੰਨੀਆਂ ਕੁੜੀਆਂ ਸੀ ਜਿਨ੍ਹਾਂ ਦੇ ਬੱਚੇ ਸਨ, ਜਿਨ੍ਹਾਂ ਇੱਧਰ ਦੀਆਂ ਰਹੀਆਂ ਇੱਥੋਂ ਅਛੂਤ ਹੋ ਗਈਆਂ ਅਤੇ ਉਹਨਾਂ ਉੱਧਰ ਦੀਆਂ ਰਹੀਆਂ, ਮਿਕਸ ਜਿਹੜਾ ਬਲੱਡ ਸੀਗਾ। ਜਿਵੇਂ ਉਨਾਓ ਵਿੱਚ ਰੇਪ ਹੋਇਆ, ਉਹ ਇੱਕ ਹਾਕਮ ਦਾ ਤਰੀਕਾ ਨਹੀਂ ਸੀਗਾ ਕਿ ਮੈਂ ਸੱਤਾ ਵਿੱਚ ਹਾਂ, ਭਾਵੇਂ ਉਹ ਭਾਜਪਾ ਦਾ ਸੀ, ਅਸੀਂ ਇਹ ਨਹੀਂ ਕਿ ਸਿਰਫ ਭਾਜਪਾ ਦੇ MLA ਹੀ ਇਹੋ ਜਿਹੇ ਕੰਮ ਕਰਦੇ ਹੈ, ਇਹ ਅਸੀਂ ਦੇਖਿਆ ਹੈ। ਸੋ ਕਿੱਥੇ ਤੁਹਾਨੂੰ ਫਿਰ ਉਹ ਮੇਲ ਨਹੀਂ ਆਉਂਦਾ ਕਿ ਅਸੀਂ ਜੋ ਆਦਤਾਂ ਨੇ, ਸ਼ਾਇਦ ਥੋੜ੍ਹਾ ਤਕਨੀਕੀ ਵਾਧਾ ਆ ਗਿਆ, ਜ਼ਿੰਦਗੀ ਦੀਆਂ ਸਹੂਲਤਾਂ ਵੱਧ ਗਈਆਂ, ਤਸਵੀਰ ਥੋੜ੍ਹੀ ਸਾਫ਼ ਹੋ ਗਈ ਹੈ, ਇੱਕ ਬੁਲੇਟ ਟ੍ਰੇਨ ਆ ਗਈ, ਹਵਾਈ ਜਹਾਜ਼ ਆ ਗਏ, ਰੇਲ ਗੱਡੀਆਂ ਨਹੀਂ ਰਹੀਆਂ,
साफ आ गया, पैसा आ गया, पर जो एटीट्यूड है, जो रवैया है, जो सोच है, कि उस वक्त बदलाव आया है? देखो 1947 15 अगस्त में सिर्फ बरतानवी साम्राज्य को आजादी मिली सी, लोगों की मानसिकता आजाद नहीं हुई सी। मानसिकता वही पुरानी रूढ़ीवादी मानसिकता अज भी बरकरार है कि जिस को भी सत्ता आती है, जिस को भी रिसोर्सिस जी जिस को कब्जे चलते हैं, वह उस बस्तीवादी मानसिकता दे शामिल हो जाता है। वह भावें भारतीय जनता पार्टी का हो, भावें वह अडानी हो, भावें अबानी हो, भावें कांग्रेस का हो, इस तरह यह बनया हुआ कि जो अनपढ़ रह गया, जो दबिया कुचड़िया रह गया, वह भारतीय जनता जो पहला क्या है यही बखरेवा है। तो जिस को सत्ता आ गई, अच्छा रहन सहन आ गया, अर्बनाइजेशन आ गई, जिस को सहूलत मिल गई, वह किसी कम्यूनिटी किचन च भी जाके देख के बैठता कि मेरे आले दुआले किस तरह के लोग बैठे ने। मानसिकता बिल्कुल नहीं बदली। जितों तक गरेवाल साहब की गल है, गरेवाल साहब न मैं थोड़ा जा ठीक है, इन्हों की मजबूरी भी आपकी सरकार के पक्ष में बोलना एमरजेंसी ये मेरे तो पुराने आप रस्ता रोको अंदोलन की गल की 1983 के उदों मैं 4-5 साल की उम्र के जो कुछ महसूस किया, उस तो पहला एमरजेंसी लगती है जो कि इंदिरा गांधी ने लाई, जिस दौरान अज के प्रधानमंत्री नरेंद्र मोदी सरदार बन के गुप्तवास में चले जाते हैं। उस तो बाद किनिया मूवमेंट निकलिया, जिस खालिस्तान की मूवमेंट भी सी, नक्सलाइट मूवमेंट तो उदो जोर से सी। तो कि हूँ जिस तरह कश्मीर के धारा 370 हटाने वास्ते एमरजेंसी वर्गे हालात लाए गए हैं, धारा 144 लाई गई है, कि इस तो बाद कश्मीर वो 3-4 साल के जो अब बच्चे ने उन्होंने मानसिकता की गुजर रहा कि इतों हम मूवमेंट्स नहीं निकलनगिया, कि भारतीय जनता पार्टी इस नाल सिजण वास्ते कि अजीत डोवाल साहब कोई इस तरह की सलाह रणनीति तैयार कर रहे हैं, जो मूवमेंट्स हूँ कश्मीर चो अगली जनरेशन चो निकलनगियाँ उन्होंने किस तरह नजिठना। ये बारे नील जी तुम हूँ के अंदाजे ला रहे हो, लेकिन जेडे उ हालात पहला बने हुए थे, क्योंकि जम्मू कश जोड़ा एरिया है वो तो जहे जहाँ चंडीगढ़ चले गए, मोहाली चले गए, पंजाब के किसी शहर चले गए, वह जहाँ जम्मू आ जो टनल तो परले पासे जाते थे उत्थे पता लगता भी किहड़े भावीत दी हैगी आ, और उत्थे जदों सवेरे शाम जनाजे निकलते सीगे, और उत्थे चाहे फोर्स के जवान मर रहे आ, चाहे सिविलियन मर रहे हैगे आ, वह भी तो नक्शे बच्चों के सामने आते हैं। पर हुण जिहड़ा उहनां दे 1998 तो अवस्था लगी हुई है, उत्थे फौज का रूल है, कोई फौज किसी वक्त भी किसी इंसान को खड़ा करके वो घर एंटर कर सकती है, वो कोई राइट्स ही नहीं रहते, जनाजे क्यों ना लगे? देखो गल हैगी ये भी उत्थे दीआं सरकारां ने, क्योंकि उन्होंने पैसे का कोई हिसाब किताब देना नहीं सी, डिस्टर्बेंस उन्हां दी कीती हुई सी, और पत्थरबाजी वाले नूं पैसे वो देंदे सी, और वो जिहड़े गरीब लोग सी जिन्हां दे कोल रुजगार नहीं सी, उन्हां नूं जदों पत्थर मारन लई पैसे मिलदे सी वो इह जी हरकतां करदे सी। हुण जदों उन्हां नूं सहूलतां भी मिल रही हैगियां, और जिहड़े उन्हां नूं पत्थर लई पैसे देण वाले वो वापस बंद होए हुए हैगे आ, अंदर दित्ते हुए हैगे आ, हज़ार हज़ार गड्डियां उन्हां कोल जिप्सियां दित्तियां हुई, जिप्सियां भी सिक्योरिटी लिए दित्तियां हुई, और पैसे देंदी तां केंद्र ही है ना, सो जो कांग्रेस ने तां खोली जी ਇਹ ਖੋਣ ਦਾ ਤਰੀਕਾ ਤੁਸੀਂ ਜਿਹੜੀ ਇਲੀਟ ਆ ਉਹਨੂੰ ਤੰਗ ਨਹੀਂ ਕੀਤਾ, ਤੁਸੀਂ ਤੰਗ ਕੀਤਾ ਆਮ ਇਨਸਾਨ ਨੂੰ। ਜਿਹੜਾ ਆਮ ਇਨਸਾਨ ਆ ਉਹ ਖੁਸ਼ ਹੋਇਆ, ਕਿਉਂਕਿ ਮੈਂ ਉੱਥੇ ਦਾ ਪਰਿਵਾਰੀ ਆ, ਮੈਂ ਜਦੋਂ ਪਿੰਡਾਂ ਬੰਦ ਨੇ ਮੀਡੀਆ ਬੰਦ ਨੇ ਜਦੋਂ ਨਹੀਂ ਆ, ਮੇਰੇ ਕੋਲ ਬਾਹਰੋਂ ਆ ਕੇ ਵੀ ਫੋਨ ਕੀਤੇ ਆ ਲੋਕਾਂ ਨੇ, ਉਹਦੇ ਦੇ ਪਿੰਡਾਂ ਦੇ ਵਿੱਚ ਜਦੋਂ ਮੈਂ ਫਿਰਦਾ ਰਿਹਾ ਹੈਗਾ, ਤਕਰੀਬਨ ਮੈਂ 60 ਦੇ ਕਰੀਬ ਪਿੰਡਾਂ ਦੇ ਵਿੱਚ ਗਿਆ, ਚਾਹੇ ਉਹ ਤਰਾਲ ਦੇ ਏਰੀਏ ਦੇ ਸੀ, ਚਾਹੇ ਅਨੰਤਨਾਗ ਦੇ ਸੀ, ਚਾਹੇ ਡੋਡਾ ਸੀ, ਚਾਹੇ ਕਿਸ਼ਤਵਾੜ ਸੀ। ਜਦੋਂ ਪ੍ਰੈਜੀਡੈਂਟ ਰੂਲ ਲੱਗਿਆ ਤਾਂ ਉਹਨਾਂ ਨੇ ਇਸ ਗੱਲੋਂ ਮੈਨੂੰ ਖੁਸ਼ੀ ਜ਼ਾਹਰ ਕੀਤੀ ਜੀ, ਕਹਿੰਦੇ ਵੀ ਜਦੋਂ ਕੋਈ ਪ੍ਰੈਜੀਡੈਂਟ ਰੂਲ ਲੱਗਦਾ ਤਾਂ ਸਾਡੇ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਸੜਕ ਜਾਂ ਕੋਈ ਨਾ ਕੋਈ ਜਿਹੜੀਆਂ ਸਕੀਮਾਂ ਨੇ ਆਉਣੀਆਂ ਸ਼ੁਰੂ। ਸੜਕ ਬਣਾਉਣ ਨੂੰ ਕੌਣ ਰੋਕਦਾ ਹੈ? ਕੇਂਦਰ ਦੀ ਇੰਨੀ ਵੀ ਜਦੋਂ ਪੈਸੇ ਭੇਜਦੇ। ਮੇਰਾ ਸਵਾਲ ਸਮਝ ਲਓ, ਜੇ ਕੇਂਦਰ ਨੇ ਸੜਕਾਂ ਬਣਾਉਣੀਆਂ, ਠੀਕ ਹੈ ਜੀ, ਸੜਕਾਂ ਤੇ ਕੇਂਦਰ ਨੇ ਬਣਾਉਣੀਆਂ, ਕੇਂਦਰ ਨੇ ਨਹੀਂ ਬਣਾਉਣੀਆਂ, ਸਟੇਟ ਗਵਰਨਮੈਂਟ ਨੇ ਬਣਾਉਣੀਆਂ ਸੀ, ਪੈਸੇ ਭੇਜਦੇ ਸੀ ਉਹ ਲਾਉਂਦੇ ਨਹੀਂ ਸੀ, ਸੈਂਟਰ ਨੇ ਵੀ ਨਹੀਂ ਬਣਾਉਣੀਆਂ ਜਿਹੜੀਆਂ ਵਿਲੇਜ ਦੀਆਂ ਸੜਕਾਂ ਨੇ, ਸਕੂਲ ਨੇ। ਅੱਜ ਮੈਂ ਜਿੰਨੀ ਵੀ ਗੱਲ ਸੁਣ ਰਿਹਾ ਸੀ, ਸੈਂਟਰ ਸਕੂਲ ਖੋਲੇਗਾ, ਸੈਂਟਰ ਦੀਆਂ ਇੱਥੇ ਹਸਪਤਾਲ ਖੋਲੇਗਾ, ਉਹ ਸਾਰਾ ਕੰਮ ਸੈਂਟਰ ਤੋਂ ਹੀ ਹੋਣਾ ਸੀ। ਜੇ ਅਸੀਂ ਤਬਦੀਲੀ ਲਿਆਉਣੀ ਸੀ, ਅਸੀਂ ਇਹੋ ਜਿਹੀ ਤਬਦੀਲੀ ਵੀ ਲਿਆ ਸਕਦੇ ਸੀਗੇ। ਮੈਂ ਇੱਥੇ ਮੈਂ ਗਰੇਵਾਲ ਸਾਹਿਬ ਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ 10 ਸਾਲ ਇਹਨਾਂ ਦੀ ਭਾਈਵਾਲ ਪਾਰਟੀ ਦੇ ਵਿੱਚ ਪੰਜਾਬ 'ਚ ਸਰਕਾਰ ਰਹੀ ਹੈ, ਇਹਨਾਂ ਦੇ ਮੰਤਰੀ ਵੀ ਰਹੇ ਨੇ, ਪੰਜਾਬ 'ਚ ਕਿੰਨੀਆਂ ਪਿਛਲੇ 10 ਸਾਲਾਂ 'ਚ ਲਿੰਕ ਸੜਕਾਂ ਦੀ ਮੁਰੰਮਤ ਵੀ ਹੋ ਗਈ, ਜਿਹੜੀ ਮੰਡੀ ਬੋਰਡ ਦੇ ਅਧੀਨ ਨੇ, ਸੜਕਾਂ ਬਣਾਈਆਂ ਮੰਡੀ ਬੋਰਡ ਦਾ, ਇਸ ਕਰਕੇ
ਉਹ ਤਾਂ ਸਮਾਂ ਲੰਘ ਚੁੱਕਿਆ ਬੀਤ ਚੁੱਕਿਆ ਸੀਗਾ ਔਰ ਭਵਿੱਖ ਦੇ ਵਿੱਚ ਜਿਹੜਾ ਵੀ 40 ਸਾਲ ਦੇ ਪਹਿਲੇ ਚੰਡੀਗੜ੍ਹ ਜਦੋਂ ਅਸੀਂ ਵੱਡੇ ਹੋ ਰਹੇ ਸੀਗੇ ਉਦੋਂ ਸਾਡੀਆਂ ਨਾਲੀਆਂ ਬੰਦ ਸੀਗੀਆਂ, ਅਸੀਂ ਜਾਂਦੇ ਸੀ ਪਿੰਡਾਂ ਵਿੱਚ ਵੇਖਦੇ ਸੀ ਕਿ ਨਾਲੀਆਂ ਖੁੱਲ੍ਹੀਆਂ, ਅਸੀਂ ਹੱਸਦੇ ਸੀਗੇ। ਅੱਜ ਵੀ ਪੰਜਾਬ ਦੇ ਪਿੰਡਾਂ ਦੀਆਂ ਨਾਲੀਆਂ ਖੁੱਲ੍ਹੀਆਂ, ਪੰਜਾਬ ਦੇ ਪਿੰਡਾਂ ਵਿੱਚ ਸੜਕਾਂ ਨਹੀਂ ਹੈ, ਸਰਕਾਰ ਬਰ ਸਰਕਾਰ ਬਦਲਦੀ ਆ ਰਹੀ ਹੈ। ਬਿਲਕੁਲ ਹੋਏਗੀ, ਬਿਲਕੁਲ ਹੋਏਗੀ, 100% ਹੋਊਗੀ, ਕਿਉਂਕਿ ਮੈਂ ਤੁਹਾਨੂੰ ਇਹ ਦੱਸਦਾ ਵੀ ਜਿਹੜੇ ਉੱਥੇ ਸਿੱਖ ਸਮਾਜ ਦੇ ਲੋਕ ਰਹਿੰਦੇ ਹੈਗੇ ਆ 80,000 ਦੇ ਕਰੀਬ ਉਹਨਾਂ ਦੀ ਸੰਖਿਆ ਹੈਗੀ ਆ, ਔਰ ਉਹਨਾਂ ਨੇ ਉੱਥੇ ਕਸ਼ਮੀਰ ਵਾਦੀ ਨਹੀਂ ਛੱਡੀ ਹੈਗੀ ਔਰ ਉੱਥੇ ਉਹਨਾਂ ਨੂੰ ਦੋਹਰੀ ਮਾਰ ਪੈ ਰਹੀ ਸੀ ਪਿਛਲੇ ਸਮੇਂ 'ਚ, ਕਿਉਂਕਿ ਉਹਨਾਂ ਨੂੰ ਮਨੋਰਟੀ ਦਾ ਦਰਜਾ ਨਹੀਂ ਸੀ ਉੱਥੇ, OBC ਲਈ ਕੋਈ ਕਮਿਸ਼ਨ ਨਹੀਂ ਉੱਥੇ, SC ਲਈ ਕੋਈ ਕਮਿਸ਼ਨ ਨਹੀਂ ਉੱਥੇ, ਕੋਈ ਮਨੋਰਟੀ ਲਈ ਕੋਈ ਕਮਿਸ਼ਨ ਨਹੀਂ ਉੱਥੇ, ਜਿਹੜਾ ਕੋਈ ਪੈਸਾ ਜਾਂਦਾ ਹੈਗਾ ਸਰਕਾਰ ਆਪਦੇ ਕੋਲ ਰੱਖ ਲਵੇ, ਥੱਲੇ ਤੱਕ ਨਾ ਲਾਵੇ, ਕੋਈ ਉਹਦੀ ਚੈਕਿੰਗ ਨਹੀਂ ਸੀ। 6 ਮਹੀਨੇ ਗਵਰਨਰ ਆ ਰਹੇ ਉਦੋਂ ਤਾਂ ਤੁਹਾਡੇ ਕੋਲ ਰਾਈਟ ਸੀ ਕੁਝ ਕਰਨ ਦੇ, ਉਹਦੇ ਨਾਲ ਲੋਕਾਂ ਨੂੰ ਸੁਣ ਜਿਹੜੇ ਘਰਾਂ ਨੂੰ ਜੋ ਪੈਸੇ ਪ੍ਰੋਮਿਸ ਕੀਤੇ ਸੀ ਉਹ ਜਾਂਦੇ ਜਾਂਦੇ 1.5 ਤੋਂ 2 ਸਾਲ ਲੱਗੇ ਸੀ, ਲੋਕ ਰੋਂਦੇ ਰਹੇ ਸੀ, ਫਿਰ ਉਹਨਾਂ ਨੇ ਆਪਣੀਆਂ ਛੱਤਾਂ ਆਪ ਪਾਈਆਂ ਸੀ। ਸੋ ਯੂ نو ਮੈਨੂੰ ਜੋ ਫੀਲਿੰਗ ਹੁੰਦੀ ਹੈ ਜਿਹੜੀ PDP ਸੀ ਉਹ ਮਹਿਬੂਬਾ ਮੁਫਤੀ ਦਾ ਜਿਹੜਾ ਸੀਗਾ ਰਾਜ ਸੀਗਾ ਔਰ ਉੱਥੇ ਪੱਖਪਾਤ ਹੁੰਦਾ ਰਿਹਾ ਔਰ ਉੱਥੇ ਦੇਖੋ ਹਿੱਸਾ ਕਹਿ ਦੇਣਾ ਸੌਖਾ ਹੈਗਾ, ਜਦੋਂ ਆਪਾਂ ਵਿੱਚ ਇੱਕ ਮਨੋਰਟੀ ਦੇ ਵਿੱਚ ਬੈਠੇ ਹੈਗੇ ਆ ਉੱਥੇ ਆਪਾਂ ਕਿੰਨੀ ਕੁ ਆਵਾਜ਼ ਉਠਾ ਸਕਦੇ ਹਾਂ। ਇਸੇ ਗੱਲੋਂ ਵਾਪਸੀ ਕੀ ਮਾਇਨੋਰਿਟੀ ਨੂੰ ਅਸੀਂ ਇੱਕ ਇਸ਼ੂ ਬਣਾ ਲਿਆ ਕਿ ਮਾਇਨੋਰਿਟੀ ਦਾ ਕਦੀ ਇਹਦਾ ਨਾਮ ਲੈ ਕੇ ਤੇ ਅਸੀਂ ਤੁਸੀਂ ਕਿਸੇ ਵਕਤ ਜਿਹੜਾ ਇੱਕ RSS ਸੋਚੋ ਉਹ ਮਾਈਨੋਰਿਟੀ ਸੀ, ਆਜ਼ਾਦੀ ਵਿੱਚ ਉਹਨਾਂ ਦਾ ਰੋਲ ਨਹੀਂ ਸੀ ਕਿ ਬਹੁਤ ਘੱਟ ਸੀ ਤੇ ਸੀਗਾ ਵੀ ਉਹ ਮਾਈਨੋਰਿਟੀ ਸੀ। ਜਦੋਂ ਮੈਂ ਤੁਹਾਨੂੰ ਸਾਹਮਣੇ ਦੱਸੀ ਜਾਂਦਾ ਵੀ ਕੋਈ ਕਮਿਸ਼ਨ ਨਹੀਂ ਸੀ, ਨਾ ਕੋਈ SC ਕਮਿਸ਼ਨ, ਨਾ OBC ਕਮਿਸ਼ਨ, ਨਾ ਕੋਈ ਮਾਈਨੋਰਿਟੀ ਕਮਿਸ਼ਨ। ਮੈਂ ਸਿਰਫ ਜੰਮੂ ਕਸ਼ਮੀਰ ਦੀ ਗੱਲ ਨਹੀਂ ਕਰ ਰਹੀ, ਮੈਂ ਜੇ ਗੱਲ ਕਰ ਰਹੀ ਹਾਂ ਮੈਂ ਇੱਕ ਸੋਚ ਦੀ ਗੱਲ ਕਰ ਰਹੀ ਹਾਂ ਕਿ ਆਜ਼ਾਦ ਭਾਰਤ ਦਾ ਹਾਕਮ ਸਿਰਫ ਅੰਗਰੇਜ਼ਾਂ ਵਾਂਗ ਬਿਹੇਵ ਕਰਦਾ। ਗੱਲ ਇਹ ਹੈ ਜੀ ਵੀ ਜਿਹੜਾ 70 ਸਾਲ 71 ਸਾਲ ਜਿਹੜਾ ਪਿਛਲਾ ਰਾਜ ਰਿਹਾ ਹੈਗਾ, ਠੀਕ ਹੈ, ਸਾਨੂੰ ਤਾਂ ਥੋੜ੍ਹੇ ਸਮੇਂ ਮਿਲਿਆ ਹੈਗਾ, ਆਪਾਂ ਸਾਰੀ ਦਾ ਸਾਰਾ ਜਿਹੜੀ ਇੱਥੇ ਨੁਕਸਾਨ ਹੋਇਆ, ਆਪਾਂ ਜਿਹੜੇ ਨਵੇਂ ਆਏ ਲੋਕ ਨੇ ਜਿਹੜੇ ਕੋਸ਼ਿਸ਼ ਕਰ ਰਹੇ ਹੈਗੇ, ਆਪਾਂ ਉਹਨਾਂ ਦੇ ਸਿਰ ਨਹੀਂ ਪਾ ਸਕਦੇ ਹੈਗੇ ਔਰ ਇਹ ਚੀਜ਼ਾਂ। ਲੇਕਿਨ ਕਾਂਗਰਸ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਹੁੰਦਾ ਉਹ ਜਵਾਬ ਦਿੰਦਾ। ਮੈਂ ਹੁਣ ਜਿਹੜੇ ਦੂਜੀ ਵਾਰ ਆਏ ਹਾਂ ਅਸੀਂ ਤਾਂ ਅਜੇ ਲਾਈਨ ਹੀ ਸਿੱਧੀ ਕੀਤੀ। ਮੈਂ ਕਹਿ ਰਹੀ ਹਾਂ ਜੇ ਤੁਸੀਂ ਨਵੀਂ ਸੋਚ ਵੀ ਲੈ ਕੇ ਆ ਰਹੇ ਹੋ, ਤੁਸੀਂ ਮੌਕਾ ਮਿਲਿਆ ਤੁਹਾਡੇ ਕੋਲ ਹੁਣ 10 ਸਾਲ ਦਾ ਰਾਜ ਤੇ ਤੁਸੀਂ ਬਿਲਕੁਲ ਭਵਿੱਖ ਵੀ ਰੋਸ਼ਨ ਕਰ ਰਹੇ ਹੋ। ਫੈਸਲੇ ਲਏ ਜਾਂਦੇ ਨੇ, ਜੇ ਅਸੀਂ ਨੋਟਬੰਦੀ ਦੀ ਗੱਲ ਕਰੀਏ, ਅੱਜ ਕਸ਼ਮੀਰ ਦੀ ਗੱਲ ਕਰ ਰਹੇ ਹਾਂ, ਕੱਲ ਕਿਸੇ ਹੋਰ ਚੀਜ਼ ਦੀ ਗੱਲ ਕਰਾਂਗੇ, ਜਿਹੜੇ ਫੈਸਲੇ ਲਏ ਜਾਂਦੇ ਜੇ ਮੈਡਮ ਨੋਟਬੰਦੀ ਬਣੇ, ਜੇ ਨੋਟਬੰਦੀ ਹੋਈ ਜੀ, GST ਜਿਹੜੇ ਹੁਣ ਜਿਹੜੇ ਨਾ ਪਿੱਛੋਂ ਦੀ ਪੈਸੇ ਦਿੰਦੇ ਸੀ, ਹੁਣ ਕੋਈ ਵੀ ਫੈਕਟਰੀ ਵਾਲਾ ਹੈਗਾ ਤੇ ਮੇਰਾ ਆਦਮੀ ਉਹ ਸਾਰਾ 1 ਨੰਬਰ 'ਚ ਆਇਆ ਸਾਰਾ। ਤੁਸੀਂ ਮੇਰਾ ਪਹਿਲੇ ਸਵਾਲ ਸੁਣੋ, ਇਹ ਤੇ ਬਾਅਦ 'ਚ ਆਵਾਂਗੇ। ਜਿਵੇਂ ਨੋਟਬੰਦੀਆਂ ਜਿਹੜਾ ਵੀ ਫੈਸਲਾ ਲਿਆ ਜਾਂਦਾ ਉਹਦੇ ਵਿੱਚ ਇਹ ਨਹੀਂ ਨਜ਼ਰ ਆਉਂਦੀ ਕਿ ਹਾਂ ਅਸੀਂ ਸਾਰੇ ਇਕੱਠੇ ਹਾਂ, ਕੋਈ ਹਮਦਰਦੀ ਹੈ ਕਿ ਹਾਂ ਇਸ ਦਾ ਅਸਰ ਗਰੀਬ ਇਨਸਾਨ 'ਤੇ ਕੀ ਹੋਏਗਾ, ਮੱਧਮ ਵਰਗ 'ਤੇ ਕੀ ਹੋਏਗਾ। ਸਿਰਫ ਇੱਕ ਵਰਗ ਜਿਹੜਾ ਕੁਛ ਵੀ ਅਫੋਰਡ ਕਰ ਸਕਦਾ ਉਹ ਵੀ ਭਾਰਤ ਦਾ 1% ਰਹਿ ਗਿਆ, ਬਾਕੀਆਂ ਦਾ ਹਾਲ ਨਹੀਂ ਪੜ ਜਾਂਦਾ। ਤੁਸੀਂ ਕੱਲ੍ਹ ਦੇਖੋ ਇੱਕ ਲੇਡੀ ਨੇ ਉਹਦਾ ਬੱਚਾ ਹੋਣ ਵਾਲਾ ਸੀਗਾ, ਫੌਜ ਨੇ ਉਸਦੀ ਮਦਦ ਨਹੀਂ ਕੀਤੀ, ਉਹਨੂੰ ਕਿੰਨੇ ਘੰਟੇ ਲੱਗੇ ਦਰਦ ਵਿੱਚ ਸੜਕਾਂ ਵਿੱਚ, ਉਹ ਘੁੰਮਦੇ ਘੁੰਮਦੇ ਵਿਚਾਰੀ ਮੇਰੇ ਖਿਆਲ 7 ਘੰਟੇ ਤੜਫਦੀ ਰਹੀ, ਉਹਨੂੰ ਕਦੀ ਰਿਕਸ਼ਾ ਵਿੱਚ ਕਦੀ ਚੁੱਕ ਕੇ ਲੈ ਕੇ ਜਾਂਦੇ ਰਹੇ, ਫੌਜ ਰੋਕਦੀ ਰਹੀ, ਚੁੱਪ। ਇੱਕ ਜੰਮੂ ਕਸ਼ਮੀਰ ਦੀ ਗੱਲ ਹੈ, ਕਸ਼ਮੀਰ ਦੀ ਗੱਲ ਹੈਗੀ ਹੈ, ਅਤੇ ਉਹ ਵਿਚਾਰੀ 500 ਮੀਟਰ ਦੂਰ ਉਹਦਾ ਸੜਕ 'ਤੇ ਹਸਪਤਾਲ ਤੋਂ 500 ਮੀਟਰ ਦੂਰ ਉਹਦਾ ਬਾਹਰ ਬੱਚਾ ਹੋਇਆ। ਸੋ ਇਹੋ ਜਿਹੀਆਂ ਕਹਾਣੀਆਂ ਹੋ ਰਹੀਆਂ ਔਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਜਦ ਲੋਕਤੰਤਰ ਹੈ, ਜਿਸ ਮੇਰਾ ਹਿੱਸਾ, ਮੇਰੇ ਬਜ਼ੁਰਗਾਂ ਦਾ ਹਿੱਸਾ, ਤੁਹਾਡੇ ਬਜ਼ੁਰਗਾਂ ਦਾ ਹਿੱਸਾ ਹੈਗਾ ਕਿ ਲੋਕਤੰਤਰ ਵਿੱਚ ਜਿਹੜਾ ਹਾਕਮ ਹੈ ਸਿਰਫ ਉਹਦੀ ਠੀਕ ਹੈ, ਉਸ ਔਰਤ ਦਾ ਵੀ ਓਨਾ ਹੀ ਆਜ਼ਾਦ ਭਾਰਤ ਹੈ ਜਿੰਨਾ ਸਾਡਾ ਜਾਂ ਤੁਹਾਡਾ। ਦੇਖੋ ਆਪਾਂ ਤਾਂ ਇਹ ਕਹਿ ਰਹੇ ਹੈਗੇ ਹਾਂ ਵੀ ਇਨਸਾਫ ਸਭ ਨੂੰ ਮਿਲਣਾ ਚਾਹੀਦਾ, ਸਾਰਿਆਂ ਨੂੰ ਬਰਾਬਰੀ ਦਾ ਹੋਵੇ ਔਰ ਜਿਹੜੀ ਆਪਾਂ ਡਿਬੇਟ ਚਲਾਈ ਹੈਗੀ ਆ, ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿਣਾ ਹੈਗਾ ਜਿਹੜਾ ਇਹ ਜਿਹੜਾ ਦਿਵਸ ਹੈਗਾ, ਇਦੋਂ ਬਾਅਦ ਦਾ ਜਿਹੜਾ ਸਮਾਂ ਹੋਊਗਾ ਨੈਕਸਟ, ਜਦੋਂ ਆਪਾਂ ਇਕੱਠੇ ਹੋਵਾਂਗੇ ਤੁਸੀਂ ਆਪ ਮੰਨੋਗੇ ਵੀ ਸੁਧਾਰ ਹੋਇਆ ਔਰ ਤੁਸੀਂ ਆਸ ਵੀ ਰੱਖੋਗੇ ਔਰ ਤੁਸੀਂ ਆਪ ਵੀ ਉਸ ਸੁਧਾਰ ਦਾ ਹਿੱਸਾ ਬਣੋਗੇ ਔਰ ਮੈਨੂੰ ਖੁਸ਼ੀ।
ਅਸੀਂ ਤਾਂ ਪੂਰਾ ਆਪਣਾ ਰੱਖਾਂਗੇ ਕਿ ਵੀ ਤੁਹਾਡੇ 'ਤੇ ਪੂਰੀ ਅਸੀਂ ਨਜ਼ਰ ਟਿਕਾਈ ਰੱਖਾਂਗੇ ਕਿ ਸਰਕਾਰ ਦੇ ਹਰ ਐਕਸ਼ਨ ਵਿੱਚ ਹਮਦਰਦੀ ਝਲਕਣੀ ਚਾਹੀਦੀ ਹੈ, ਕਿਉਂਕਿ ਆਜ਼ਾਦੀ ਸਿਰਫ ਤੁਹਾਡੀ ਨਹੀਂ, ਆਜ਼ਾਦੀ ਸਾਡੀ। ਅਸੀਂ ਕੰਮ ਇਹੋ ਜਿਹੇ ਕਰਾਂਗੇ, ਅਸੀਂ ਸਾਰਿਆਂ ਨੂੰ ਨਾਲ ਇਨਵੋਲਵ ਕਰਕੇ ਲਾ ਲੈਣਾ। ਪਰ ਇਹ ਵੀ ਅਸੀਂ ਉਮੀਦ ਕਰਾਂਗੇ ਕਿ ਜੇ ਕੋਈ ਤੁਸੀਂ ਆਪਣਾ ਐਕਸ਼ਨ ਚੁੱਕਣਾ, ਉਸਨੂੰ ਇੱਕ ਮੁੱਦਾ ਬਣਾ ਕੇ ਚੁੱਪਚਾਪ ਬੈਠ ਕੇ, ਆਈ ਥਿੰਕ ਇੱਥੇ ਗਲਤੀ ਹੋਈ ਹੈ, ਬਿਕੋਜ਼ ਇਤਿਹਾਸ ਨਾਲ ਬਹੁਤ ਵੱਡੀ ਗਲਤੀ ਹੋਈ ਹੈ। ਜਿਹੜਾ ਮੰਦਿਰ ਢਾਇਆ ਗਿਆ ਉਹ ਵਾਪਸ ਕਦੀ ਨਹੀਂ ਆ ਸਕਦਾ। ਸੋ ਦੈਟ ਵੇਜ਼ ਨੀਲ ਕੋ ਤੁਹਾਡੇ ਆਖਰੀ ਜ਼ਰੂਰ ਇੱਕ ਗੱਲ ਜੋ ਸਾਰਿਆਂ ਦੇ ਨਾਲ ਹਰ ਰੋਜ਼ ਦੀ ਜ਼ਿੰਦਗੀ 'ਚ ਮੇਰੇ ਖਿਆਲ ਜ਼ਿਆਦਾ ਜ਼ਰੂਰੀ ਹੈ, ਕਸ਼ਮੀਰ ਦੇ ਹਾਲਾਤ ਤੋਂ ਪਿਛਲੇ 5 ਦਿਨਾਂ ਤੋਂ ਪੂਰਾ ਦੇਸ਼ ਨਿਕਲਦੇ ਹੈ, ਹੁਣ ਸਭ ਨੂੰ ਹੈ ਕਿ ਦਲਿਤ ਭਾਈਚਾਰੇ ਦਾ ਅਗਲਾ ਜਿਹੜਾ ਐਕਸ਼ਨ ਪਲਾਨ ਕੀ ਹੈ, ਸੋ ਦੈਟ ਕਿ ਲੋਕਾਂ ਨੂੰ ਪਤਾ ਹੋਵੇ ਕਿ ਘਰੋਂ ਨਿਕਲਣਾ ਹੈ, ਨਹੀਂ ਨਿਕਲਣਾ ਹੈ, ਜਾਂ ਅੱਗੇ ਦਿੱਲੀ ਵੱਲ ਜਾ ਰਹੇ ਨੇ, ਕੀ ਜਾ ਰਹੇ ਨੇ, ਜ਼ਰੂਰ ਮੇਰੇ ਖਿਆਲ 'ਚ ਸਪਸ਼ਟ ਕਰਨਾ ਚਾਹੀਦਾ, ਜੋ ਕਿ ਅਸਲੀ ਇਸ ਵਕਤ ਇਨਫੋਰਮੇਸ਼ਨ ਦੀ ਲੋੜ ਹੈ ਲੋਕਾਂ ਨੂੰ। 21 ਅਗਸਤ ਨੂੰ ਜੰਤਰ ਮੰਦਰ 'ਤੇ ਜੋ ਸਮੂਹ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਧਰਨਾ ਅਤੇ ਰੋਸ ਮੁਜ਼ਾਹਰਾ ਵੀ ਕਰਨਾ ਔਰ ਰੈਲੀ ਵੀ ਕਰਨੀ ਹੈ, ਉਹਦੇ ਵਿੱਚ ਸਾਰੇ ਲੋਕਾਂ ਨੂੰ ਸ਼ਾਮਲ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬੰਦ ਨੂੰ ਸਾਰੇ ਵਰਗਾਂ ਨੇ ਭਰਮਾ ਹੰਗੂਰਾ ਦਿੱਤਾ, ਉਸੇ ਤਰੀਕੇ ਨਾਲ ਸਾਨੂੰ ਆਸ ਹੈ ਕਿ ਜਿਹੜਾ ਆਪਣਾ ਜੰਤਰ ਮੰਤਰ ਦਿੱਲੀ ਦੇ ਵਿੱਚ 21 ਅਗਸਤ ਨੂੰ ਧਰਨਾ ਦਿੱਤਾ ਜਾ ਰਿਹਾ ਉਹਦੇ ਵਿੱਚ ਸ਼ਮੂਲੀਅਤ ਕਰਨਗੇ, ਕਿਉਂਕਿ ਅਸੀਂ ਕਦੇ ਵੀ ਕਿਸੇ ਦੀਆਂ ਜਿਹੜੀਆਂ ਭਾਵਨਾਵਾਂ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਉਹ ਨਾ ਪੰਜਾਬ ਦੇ ਵਿੱਚ ਕਿਸੇ ਨਾਲ ਕੱਲ੍ਹ ਵਾਪਰੀ ਹੈ ਅਤੇ ਨਾ ਹੀ ਅੱਗੇ ਨੂੰ ਵਾਪਰਨੀ ਹੈ, ਕਿਉਂਕਿ ਅਸੀਂ ਸਖ਼ਤ ਇਸ ਗੱਲ ਦੇ ਲਈ ਕਿਹਾ ਸੀ ਕਿ ਵੀ ਕੋਈ ਕਿਸੇ ਨੇ ਸੀਨੀਅਰ ਸਿਟੀਜ਼ਨ ਨੂੰ ਜਾਂ ਐਂਬੂਲੈਂਸ ਨੂੰ ਜਾਂ ਹੋਰ ਜਿਹੜੀ ਵੀ ਜ਼ਰੂਰੀ ਸੇਵਾਵਾਂ ਜਿਹਦੇ ਨਾਲ ਮਨੁੱਖੀ ਜ਼ਿੰਦਗੀ ਨਾਲ ਜੁੜੀਆਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਹੋਣੀ ਚਾਹੀਦੀ, ਉਹਨਾਂ ਰੋਕਿਆ ਨਹੀਂ ਜਾਣਾ ਚਾਹੀਦਾ। ਲੇਕਿਨ ਜੋ ਇਹ ਫੈਸਲਾ ਸੁਪਰੀਮ ਕੋਰਟ ਦੇ ਮਾਧਿਅਮ ਤੋਂ ਆਇਆ, DDA ਦੀ ਜਿਹੜੀ ਜਿਸ ਤਰੀਕੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਧਰਮ ਸਥਾਨ ਹੈ ਉਸਨੂੰ ਡਿਮਾਲਿਸ਼ ਕੀਤਾ ਗਿਆ, ਉਹ ਅਤਿ ਮੰਦਭਾਗ ਹੈ। ਉਹਦੇ ਜਿਹੜੀ ਲਹਿਰ ਹੈ, ਰੋਸ ਲਹਿਰ ਹਮੇਸ਼ਾ ਇਹ ਪਣਪਦੀ ਰਹੇਗੀ, ਕਿਉਂਕਿ ਜਿਸ ਤਰੀਕੇ ਦੇ ਨਾਲ LG ਨੇ, ਹਰਦੀਪ ਸਿੰਘ ਪੁਰੀ ਨੇ, ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਤਰੀਕੇ ਨਾਲ ਕੀਤਾ। ਅਸੀਂ ਇੱਥੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦਾ ਕਿ ਜੋ ਕੇਜਰੀਵਾਲ ਜੀ ਨੇ, ਮੈਂ ਉਹੀ ਗੱਲ ਕਹਿਣ ਲੱਗਾ, ਜੋ ਕੇਜਰੀਵਾਲ ਜੀ ਰਾਤ ਨੂੰ, ਦਿਨ ਨੂੰ, ਦੁਪਹਿਰ ਨੂੰ, ਸਵੇਰੇ ਧਰਨੇ ਮਾਰਨ ਦੇ ਬੜੇ ਐਕਸਪਰਟ ਨੇ, ਉਹਨਾਂ ਨੇ ਇਸ ਪ੍ਰਤੀ ਜਿਹੜੀ ਆ ਗੰਭੀਰਤਾ ਨਹੀਂ ਦਿਖਾਈ, ਉਹਨਾਂ ਨੇ ਇਸ ਦੇ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਚਾਹੀਆਂ ਨੇ, ਜਿਹਦੀਆਂ ਉਹ ਵੀ ਅਤਿ ਮੰਦਭਾਗੀਆਂ ਨੇ, ਕਿਉਂਕਿ ਜਦੋਂ ਅਸੀਂ ਕਿਸੇ ਡੈਮੋਕ੍ਰੈਟਿਕ ਵੇ ਦੇ ਵਿੱਚ ਸਰਕਾਰ ਜਿਹੜੀ ਇਲੈਕਟ ਹੋ ਕੇ ਆਉਂਦੀ ਹੈ, ਕਿ ਉਹਨਾਂ ਦਾ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚੋਂ ਉੱਥੇ, ਕਿਉਂਕਿ ਅਸੈਂਬਲੀ ਦੇ ਵਿੱਚ ਜਿਹੜੇ ਚੁਣ ਕੇ ਆਉਂਦੇ ਨੇ ਮੈਂਬਰ ਉਹਦੇ ਥੱਲੇ, ਉਹਦੇ ਨਾਲ ਹੀ ਨੇ, CM ਦੇ ਥੱਲੇ ਨੇ, ਲੇਕਿਨ CM ਨੂੰ ਇਸ ਮਾਮਲੇ 'ਚ, ਖਾਸ ਕਰ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਜਾ ਕੇ ਬਹੁਤ ਆਲੇ ਦੁਆਲੇ ਧਰਨੇ ਹਮਦਰਦੀ ਪ੍ਰਗਟਾਉਂਦੇ ਨੇ, ਲੇਕਿਨ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਉੱਥੇ ਸਥਾਨ ਦੀ ਬੇਅਦ ਵੀ ਹੋਈ ਹੈ, ਉਹ ਸਥਾਨ ਨੂੰ ਢਹਿ ਢੇਰੀ ਕੀਤਾ ਗਿਆ, ਉਹਦੇ ਲਈ ਵੀ ਉਹ ਹੀ ਉਨੇ ਹੀ ਜ਼ਿੰਮੇਵਾਰ ਨੇ ਜਿੰਨੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਮੈਂ ਕੈਂਟ ਸਾਹਿਬ ਨੂੰ ਇਹੀ ਬੇਨਤੀ ਕਰੂੰਗਾ, ਹੁਣ ਤੁਸੀਂ ਸਹੀ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਹਰਦੀਪ ਪੁਰੀ ਦਾ, ਭਾਰਤੀ ਜਨਤਾ ਪਾਰਟੀ ਦਾ ਕੋਈ ਕਸੂਰ ਨਹੀਂ। ਉਸ ਬੰਦੇ ਦੇ ਤੁਸੀਂ ਅਖੀਰ 'ਚ ਪਹੁੰਚੇ ਹੈਗੇ ਹੋ ਜਿਹੜਾ ਸਾਰੀ ਕਾਰਵਾਈ ਕਰਵਾ ਕੇ ਆਪ ਚੁੱਪ ਕਰਿਆ ਬੈਠਾ, ਹਾਲਾਂਕਿ ਉੱਥੇ ਮੁੱਖ ਮੰਤਰੀ ਵੀ ਆ, ਥੱਲੇ MLA ਵੀ ਨੇ। ਇਸ ਕਰਕੇ ਆਪਾਂ ਇਕੱਠੇ ਹੋ ਕੇ ਜਿਹੜਾ ਕੋਈ ਉੱਥੇ ਨੁਕਸਾਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ, ਠੀਕ ਆ ਉਹਦੀ ਭਰਪਾਈ ਨਹੀਂ ਹੋ ਸਕਦੀ, ਪਰ ਉਹਨੂੰ ਬਿਹਤਰ ਤੋਂ ਬਿਹਤਰ ਬਣਾਉਣ ਦਾ ਯਤਨ ਕਰੀਏ। ਔਰ ਮੈਂ ਇਹ 15 ਅਗਸਤ ਆਜ਼ਾਦੀ ਦਾ ਜਿਹੜਾ ਦਿਹਾੜਾ ਉਹਦੀ ਤੁਹਾਨੂੰ ਸਾਰਿਆਂ ਨੂੰ ਫੇਰ ਤੋਂ ਵਧਾਈ ਦਿੰਦਾ। ਮੁੱਦੇ ਬੜੇ ਨੇ, 72 ਸਾਲਾਂ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ, ਕਿੰਨੇ ਕਾਂਡ ਹੋਏ ਹੈ, ਕਿੰਨੇ ਦਿਲਾਂ ਨੂੰ ਠੇਸ ਲੱਗੀ ਹੈ, ਕਿੰਨੀਆਂ ਕੁੜੀਆਂ ਦੇ ਬਲਾਤਕਾਰ ਹੋਏ ਨੇ। ਹਾਕਮ ਨੂੰ ਮੌਕਾ ਮਿਲਦਾ ਹੈ ਔਰ ਮੌਕਾ ਕਮਜ਼ੋਰ ਅਸੀਂ ਦਿੰਦੇ ਹਾਂ, ਕਿਉਂਕਿ ਅਸੀਂ ਆਪਣੀ ਵੋਟ ਦੀ ਕੀਮਤ ਨਹੀਂ ਸਮਝਦੇ, ਅਸੀਂ ਆਪਣੀ ਆਜ਼ਾਦੀ ਦੀ ਕੀਮਤ ਨਹੀਂ ਸਮਝਦੇ। ਆਜ਼ਾਦੀ ਦੀ ਕੀਮਤ ਸਾਡੇ ਬਜ਼ੁਰਗਾਂ ਨੇ ਚੁਕਾਈ ਹੈ, ਉਹਨਾਂ ਨਾਲ ਗੱਲ ਕਰਕੇ, ਕਦੀ ਉਹਨਾਂ ਨਾਲ ਬੈਠ ਕੇ ਸੁਣੋ ਕਿਸ ਤਰ੍ਹਾਂ, ਕਿੰਨਾ ਹਾਲਾਤਾਂ ਵਿੱਚ ਉਹ ਲਾਸ਼ਾਂ ਉੱਤੋਂ ਲੰਘ ਕੇ ਇਸ ਆਜ਼ਾਦ ਭਾਰਤ ਦੇ ਨਿਰਮਾਣ ਵਿੱਚ ਆਏ ਸੀ। ਆਜ਼ਾਦੀ ਸਿਰਫ ਸੰਵਿਧਾਨ ਜਾਂ ਕਾਨੂੰਨ ਨਹੀਂ, ਆਜ਼ਾਦੀ ਸਾਡੇ ਅੰਦਰ ਹੋਣੀ ਚਾਹੀਦੀ ਹੈ ਕਿ ਮੈਂ ਵੀ ਆਜ਼ਾਦ ਹਾਂ, ਤੁਸੀਂ ਵੀ ਆਜ਼ਾਦ ਹੋ। ਜਦ ਉਹ ਮੈਂ ਖਤਮ ਹੋ ਜਾਏਗਾ ਕਿ ਹਾਂ ਭਾਵੇਂ ਮੈਂ ਹਿੰਦੂ ਹਾਂ, ਭਾਵੇਂ ਮੈਂ ਸਿੱਖ ਹਾਂ, ਭਾਵੇਂ ਮੈਂ ਈਸਾਈ, ਭਾਵੇਂ ਮੈਂ ਕੁਛ ਵੀ ਹਾਂ, ਮੈਂ ਬਰਾਬਰ ਹਾਂ, ਤੁਹਾਡਾ ਵੀ ਹੱਕ ਹੈ, ਮੇਰਾ ਵੀ ਹੱਕ ਹੈ, ਆਪਣੇ ਹੱਕ ਲਈ ਜਾਗੋ ਅਤੇ ਦੂਜਿਆਂ ਦੇ ਹੱਕ ਨੂੰ ਵੀ ਸਮਝੋ, ਤਾਂ ਹੀ ਸ਼ਾਇਦ ਅਸੀਂ ਆਜ਼ਾਦੀ ਵੱਲ ਚੱਲ ਪਾਵਾਂਗੇ। ਕੌੜੇ ਸਵਾਲ ਨੇ, ਕੌੜੇ ਸਵਾਲ ਪੁੱਛਣ ਵਿੱਚ ਹੀ ਤਬਦੀਲੀਆਂ ਆਉਂਦੀਆਂ ਹਨ। ਬਾਕੀ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ।